ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਹੈ, ਕੋਈ ਨਿੱਜੀ ਜਾਂ ਵਿਅਕਤੀਗਤ ਲੜਾਈ ਨਹੀਂ ਹੈ, ਸਿਰਫ ਸੱਚ ਹੀ ਕਰਨਾ ਹੈ ਜ਼ਾਹਰ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਗੱਲ ਕਹਿ ਰਹੇ ਨੇ ਪਰਮ ਸਿੰਘ ਖਾਲਸਾ ਜੀ ਕਿ MLA ਸਾਹਿਬ ਇਹਨਾਂ ਕਾਲੀਆਂ ਰਾਤਾਂ ਵਿੱਚ ਕਦੇ ਤਾਂ ਨਿਕਲੋ ਆਪਣੇ ਘਰੋਂ ਬਾਹਰ। ਬੀਬਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਦੋਸਤੋ, ਤੁਸੀਂ ਉਹ ਕਹਾਵਤ ਤਾਂ ਸੁਣੀ ਹੋਣੀ ਆ ਕਿ ਹੌਲੀ ਹੌਲੀ ਬੋਲ ਕੋਈ ਸੁਣ ਨਾ ਲਏ, ਪਰ ਖਾਲਸਾ ਜੀ ਇਹ ਕਹਿੰਦੇ ਨੇ ਜਦ ਤੱਕ ਅਸੀਂ ਉੱਚੇ ਸੁਰਾਂ 'ਚ ਨਾ ਬੋਲੀਏ ਇਹਨਾਂ ਸਰਕਾਰਾਂ ਤੱਕ ਸਾਡੀ ਗੱਲ ਪਹੁੰਚਦੀ ਨਹੀਂ। ਸੋ ਜਿਵੇਂ ਤੁਸੀਂ ਜਾਣਦੇ ਹੋ, ਅੱਜ ਸਵੇਰੇ ਅਸੀਂ MLA ਅੰਗਦ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਸੀਗੀ, ਇੱਕ ਇੰਟਰਵਿਊ ਕੀਤੀ ਸੀ। ਉਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਹਰੇਕ ਗੱਲ ਦਾ ਜਵਾਬ ਦੇਣਾ ਚਾਹੁੰਦਾ, ਪਰ ਕੋਈ ਅਕਾਲੀ ਲੀਡਰ, ਕੋਈ ਨੁਮਾਇੰਦਾ ਮੇਰੇ ਨਾਲ ਬਹਿ ਕੇ ਡਿਬੇਟ ਤਾਂ ਕਰੇ। ਉਸ ਤੋਂ ਬਾਅਦ ਜਦੋਂ ਅਸੀਂ ਖਾਲਸਾ ਜੀ ਨਾਲ ਰਾਬਤਾ ਬਣਾਇਆ, ਉਹਨਾਂ ਨਾਲ ਗੱਲਬਾਤ ਕੀਤੀ, ਤਾਂ ਉਹ ਕਹਿੰਦੇ ਨੇ ਕਿ ਮੈਂ ਡਿਬੇਟ ਕਰ ਲਾਂਗਾ, ਪਰ ਤੁਸੀਂ ਇੱਕ ਵਾਰੀ ਮੇਰੇ ਨਾਲ ਬਹਿ ਕੇ ਨਵੇਂ ਸ਼ਹਿਰ ਦੇ ਹਾਲਾਤ ਤਾਂ ਦੇਖ ਲਓ, ਜਿਹੜੀਆਂ ਸਟਰੀਟ ਲਾਈਟਾਂ ਨੇ ਜਾਂ EO ਦੇ ਉੱਪਰ ਜਿਹੜੀ EO ਸਾਹਿਬ ਦੇ ਉੱਤੇ ਬਾਬਤ ਜਿਹੜੀ ਗੱਲਬਾਤ ਕਰਨੀ ਆ, ਆਪਾਂ ਸਾਰੀ ਡਿਟੇਲ ਵਿੱਚ ਅੱਜ ਖਾਲਸਾ ਜੀ ਨਾਲ ਵੀ ਗੱਲਬਾਤ ਕਰਨੀ ਹੈ ਕਿ ਉਹਨਾਂ ਦੇ ਕੀ ਰੋਸ ਨੇ ਜਾਂ ਉਹਨਾਂ ਦੀ ਕੀ ਐਕਸਪੈਕਟੇਸ਼ਨਸ ਨੇ MLA ਸਾਹਿਬ ਤੋਂ। ਪਹਿਲਾਂ ਕਰਦੇ ਹਾਂ ਖਾਲਸਾ ਜੀ ਦਾ ਸਵਾਗਤ, ਫਿਰ ਪੂਰੀ ਕਰਾਂਗੇ ਗੱਲਬਾਤ। ਖਾਲਸਾ ਜੀ ਬਹੁਤ ਨਿੱਘਾ ਸਵਾਗਤ। ਸੋ ਮੈਂ ਸੂਰੀ ਸਾਹਿਬ ਤੁਹਾਡੀ ਟੀਮ ਦਾ ਦਿਲ ਦੀਆਂ ਗਹਿਰਾਂ ਜੀ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਵਕਤ ਰਾਤ ਦੇ ਸਮੇਂ ਮੇਰੇ ਨਾਲ ਹੋ, ਕਿਉਂਕਿ ਦੇਖੋ ਇਲਜ਼ਾਮ ਲਾਉਣਾ ਬਹੁਤ ਸੌਖਾ ਆ, ਕਿਉਂਕਿ ਮੈਂ ਚਾਹੁੰਦਾ ਸੀ ਹਕੀਕਤ ਦਿਖਾਉਣੀ। ਦੇਖੋ ਰਾਜਨੀਤਿਕ ਬੰਦਿਆਂ ਦਾ ਕੰਮ ਹੁੰਦਾ ਇੱਕ ਦੂਜੇ ਤੇ ਇਲਜ਼ਾਮ ਲਾਉਣੇ, ਮੈਂ ਉਹਦੇ ਵਿੱਚ ਬਿਲੀਵ ਨਹੀਂ ਕਰਦਾ। ਮੈਂ ਇਸੇ ਕਰਕੇ ਬੇਨਤੀ ਕੀਤੀ ਵੀ ਤੁਸੀਂ ਜ਼ਮੀਨੀ ਪੱਧਰ ਤੇ ਆਓ, ਕਿਉਂਕਿ ਮੈਂ ਕਿਸੇ ਡਿਬੇਟ ਦੇ ਵਿੱਚ ਬਹਿ ਕੇ ਝੂਠ ਬੋਲ ਦਵਾਂ, ਕਿਉਂਕਿ ਦਿਨ ਦੇ ਟਾਈਮ ਉਹ ਡਿਬੇਟ ਚੱਲਣੀ ਆ, ਨਾ MLA ਸਾਹਿਬ ਨੂੰ ਪਤਾ ਹੋਣਾ, ਨਾ ਤੁਹਾਨੂੰ ਪਤਾ ਹੋਣਾ, ਤੇ ਉਹਨਾਂ ਨੇ ਕਹਿਣਾ ਝੂਠ ਬੋਲਦੇ ਆ। ਅਸੀਂ ਵੈਸੇ ਚੰਡੀਗੜ੍ਹ ਚੌਂਕ 'ਚ ਖੜੇ ਹਾਂ ਜੀ, ਤੁਸੀਂ ਦੇਖ ਸਕਦੇ ਹੋ, ਔਰ ਬਾਹਰ ਦੇ ਹਾਲਾਤ ਜਿਵੇਂ ਖਾਲਸਾ ਜੀ ਨੇ ਕਿਹਾ ਆਪਾਂ ਦਿਖਾ ਦਿੰਦੇ। ਖਾਲਸਾ ਜੀ ਹੁਣ ਤੁਸੀਂ ਦੱਸਣਾ ਜੀ, ਕਿਉਂਕਿ ਜੇ ਮੈਂ ਬੋਲਦਾ ਫਿਰ ਲੋਕਾਂ ਨੇ ਕਹਿਣਾ। ਦੇਖੋ ਮੇਰੀ ਬੇਨਤੀ ਸੁਣੋ ਸੂਰੀ ਸਾਹਿਬ, ਇਸ ਵਕਤ ਅਸੀਂ ਚੰਡੀਗੜ੍ਹ ਚੌਂਕ ਮੇਨ ਦੇ ਵਿੱਚ ਖੜੇ ਹਾਂ ਜੀ, ਤੇ ਆਪਾਂ ਰਾਹੋਂ ਰੋਡ ਵੱਲ ਨੂੰ ਵਿਜ਼ਿਟ ਕਰਨ ਜਾ ਰਹੇ ਹਾਂ। ਇੱਥੋਂ ਪਹਿਲੀ ਲਾਈਟ ਦੇਖ ਲਓ ਜਿਹੜੀ ਚੰਡੀਗੜ੍ਹ ਚੌਂਕ ਤੋਂ ਮੇਨ ਲੱਗੀ ਆ ਲਾਈਟ, ਆ ਦੇਖੋ ਖੰਭਾ ਜਿਹੜੀ ਲਾਈਟ ਲੱਗੀ ਉਹ ਆ, ਉਹ ਵੀ ਟੇਢੀ ਹੋਈ ਓ ਪਈ ਆ, ਠੀਕ ਹੈ ਜੀ। ਤੇ ਉਸ ਤੋਂ ਇੱਕ ਚੀਜ਼ ਮੈਂ ਤੁਹਾਨੂੰ ਵਿੱਚੇ ਟੋਕਦਾ, ਆਮ ਪਬਲਿਕ ਬਹੁਤ ਪੁੱਛਦੀ ਇੱਥੇ ਜਿਹੜੀ ਰੈੱਡ ਗ੍ਰੀਨ ਜਾਂ ਬਾਕੀ ਲਾਈਟਾਂ ਇਹ ਕਿਉਂ ਨਹੀਂ ਚੱਲਦੀਆਂ? ਮੈਂ ਉਹੀ ਗੱਲ ਕਰ ਰਿਹਾ ਜੀ, ਤੁਸੀਂ ਲਾਈਟ ਦਾ ਹਾਲ ਤਾਂ ਦੇਖੋ, ਇਹ ਮਿਊਂਸੀਪਲ ਕਮੇਟੀ ਨੇ ਠੀਕ ਕਰਾਉਣੀ ਹੈ ਜੀ, ਠੀਕ ਹੈ। ਇਹ ਲਾਈਟ ਦੇਖੋ ਡਿੱਗੀ ਪਈ ਆ, ਨਵਾਂ ਸ਼ਹਿਰ 'ਚ ਕੋਈ ਰੈੱਡ ਲਾਈਟ ਕੋਈ ਗ੍ਰੀਨ ਲਾਈਟ, ਕਿਉਂਕਿ ਨਵਾਂ ਸ਼ਹਿਰ ਦੇਖੋ ਬਹੁਤ, ਚਾਹੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਆ, ਸਿਰਫ ਤਿੰਨ ਲਾਈਟਾਂ ਲੱਗੀਆਂ ਆ, ਇੱਕ DC ਦਫ਼ਤਰ 'ਚ, ਇੱਕ ਚੰਡੀਗੜ੍ਹ ਚੌਂਕ ਦੇ ਵਿੱਚ ਔਰ ਇੱਕ ਅੰਬੇਦਕਰ ਚੌਂਕ 'ਚ ਜੀ। ਤੇ ਤੁਸੀਂ ਆਪ ਹੀ ਹਾਲਾਤ ਦੇਖ ਲਓ, ਕਿਉਂਕਿ ਦੇਖੋ ਆਪਾਂ ਉੱਦਾਂ ਕਹਿ ਦਈਏ ਨਹੀਂ ਜੀ ਇਹ ਨਹੀਂ ਹੋ ਰਿਹਾ, ਤੁਸੀਂ ਚੱਲ ਰਹੇ ਆ ਦੇਖੋ ਸਾਰੀਆਂ ਲਾਈਟਾਂ ਬੰਦ ਪਈਆਂ। ਇਹ ਰਾਹੋਂ ਰੋਡ ਵੱਲ ਨੂੰ ਜਾ ਰਹੇ ਚੰਡੀਗੜ੍ਹ ਚੌਂਕ ਤੋਂ, ਅਸੀਂ ਡਰਾਈਵਰ ਸਾਹਿਬ ਨੂੰ ਬੇਨਤੀ ਆ ਕਿ ਥੋੜਾ ਜਿਹਾ ਹੌਲੀ ਹੌਲੀ ਰੱਖਣੀ ਆ ਗੱਡੀ, ਤਾਂ ਜੋ ਆਪਾਂ ਜਿਹੜਾ ਆਮ ਪਬਲਿਕ ਨੂੰ ਜੋ ਰਿਐਲਿਟੀ ਵਿੱਚ ਸੀਨ ਦਿਖਾ ਸਕੀ, ਕਿਉਂਕਿ ਆਲੇ ਦੁਆਲੇ ਲੋਕਾਂ ਦੀਆਂ ਲਾਈਟਾਂ ਨੇ ਮੇਰੇ ਖਿਆਲ ਕਿ ਇਹ ਵੀ ਜਿਹੜੀਆਂ ਮਿਊਨਸੀਪਲ ਪਾਰਟੀ ਵੱਲੋਂ ਲਗਾਈਆਂ ਗਈਆਂ ਜਿਹੜੇ ਮੋਹਰੇ ਨਜ਼ਰ ਆ ਰਹੀ ਆ। ਦੇਖੋ ਜਿਹੜੀਆਂ ਲਾਈਟਾਂ ਇਹ ਤਾਂ ਲੋਕਾਂ ਦੀਆਂ ਨਿੱਜੀ ਲਾਈਟਾਂ ਆ। ਅੱਛਾ, ਨਿੱਜੀ ਲਾਈਟਾਂ ਆ। ਇਹ ਮਿਊਨਸੀਪਲ ਕਮੇਟੀ ਦੀਆਂ ਲਾਈਟਾਂ ਜਿਹੜੀਆਂ ਉੱਪਰ ਤੁਸੀਂ ਦੇਖ ਰਹੇ ਆ, ਜਿਹੜੀਆਂ ਉੱਪਰ ਦਿਖਾ ਸਕਦੇ ਮੈਨੂੰ ਕਿਹੜੀ ਵਿੱਚ ਨਜ਼ਰ ਆ ਰਿਹਾ ਜੀ ਲਾਈਟਾਂ ਜਿਹੜੀਆਂ ਆ ਜੀ, ਇਹ ਲੰਬੇ ਸਮੇਂ ਤੋਂ ਬੰਦ ਪਈਆਂ ਔਰ ਅਸੀਂ ਵਾਰ-ਵਾਰ ਇਹ ਮੰਗ ਕਰਦੇ ਰਹੇ ਆ ਵੀ ਇਹ ਲਾਈਟਾਂ ਠੀਕ ਹੋਣੀਆਂ ਚਾਹੀਦੀਆਂ ਜੀ, ਲੇਕਿਨ ਇਹ ਲਾਈਟਾਂ ਜਿਹੜੀਆਂ ਆ ਜੀ ਉਹ ਠੀਕ ਨਹੀਂ ਹੋਈਆਂ ਜੀ। ਔਰ ਦੂਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਾਂ ਗੱਲ ਕਰ ਰਹੇ ਹਾਂ LED ਲਾਈਟਾਂ, ਵਿਧਾਇਕ ਸਾਹਿਬ ਸਾਡੇ ਕਹਿੰਦੇ ਵੀ ਮੇਰਾ ਡ੍ਰੀਮ ਪ੍ਰੋਜੈਕਟ ਆ, ਜੇ ਡ੍ਰੀਮ ਪ੍ਰੋਜੈਕਟ ਕਿਸੇ ਕਾਰਨ ਲੇਟ ਹੋ ਗਿਆ ਉਹ ਤਾਂ ਉਹੀ ਕਾਰਨ ਦੱਸ ਸਕਦੇ, ਚਲੋ ਕੁਛ ਵੀ ਹੋ ਸਕਦਾ, ਲੇਕਿਨ ਕਿਆ ਇਹਨਾਂ ਲਾਈਟਾਂ ਦੀ ਮੇਨਟੇਨੈਂਸ ਜਿਹੜੀ ਆ ਉਹ ਹੋਣੀ ਤਾਂ ਜ਼ਰੂਰੀ ਆ ਨਾ ਜੀ। ਆਪਾਂ ਹੁਣ ਇੱਥੇ ਵੀ ਆ, ਆਪਾਂ ਫੱਟੀ ਵਸਤਾ ਚੌਂਕ ਵੱਲ ਨੂੰ ਵੱਧ ਰਹੇ ਆ, ਤੁਸੀਂ ਆ ਦੇਖ ਲਓ ਲਾਈਟਾਂ ਵਾਲੇ, ਆ KK ਮੈਡੀਕਲ ਹਾਲ ਆ, ਲਾਈਟ ਲੱਗੀ ਆ ਦੇਖ ਲਓ ਜੀ ਜੀ। ਦੇਖੋ ਮੈਂ ਕੋਈ ਝੂਠਾ ਇਲਜ਼ਾਮ ਨਹੀਂ ਲਾ ਰਿਹਾ, ਆ ਅੰਦਰ ਨੂੰ ਸੜਕ ਜਾ ਰਹੀ ਆ ਉਹਦੇ ਤੇ ਲਾਈਟਾਂ ਦੇਖੋ, ਉਸ ਪਾਸੇ ਜਿੰਨੀਆਂ ਟਿਊਬ ਲਾਈਟਾਂ ਲੱਗੀਆਂ ਬੰਦ ਆ, ਠੀਕ ਹੈ ਜੀ। ਪਰ ਉਹ ਸਾਹਮਣੇ ਐਡਵਰਟਾਈਜ਼ਮੈਂਟ ਦਾ ਹੇਅਰ ਉਹ ਵੀ ਆ ਗਿਆ ਜੀ, ਇਹਦੇ ਜੇਬ ਜਿੱਥੇ ਕੋਈ ਐਡ ਲਾਉਂਦਾ ਇਹਦੇ ਪੈਸੇ ਜਿਹੜੇ ਆ ਉਹ ਕਿਹਨੂੰ ਜਾਊਗੇ? ਕਾਉਂਸਲਰ ਨੂੰ, ਜਿਹੜੇ ਮਿਊਨਸੀਪਲ ਕਮੇਟੀ ਨੂੰ ਜਾਊਗੇ, MLA ਨੂੰ, ਸਾਹਿਬ ਨੂੰ ਜਾਊਗੇ, ਕਿਹਨੂੰ ਜਾਊਗੇ ਜੋ ਜਿੱਥੇ ਐਡਵਰਟਾਈਜ਼ਮੈਂਟ? ਜਿਹੜਾ ਐਡਵਰਟਾਈਜ਼ਮੈਂਟ ਆ ਉਸ ਕੰਪਨੀ ਦੇ ਨਾਲ ਕੰਟਰੈਕਟ ਹੋਇਆ ਨਗਰ ਕੌਂਸਲ ਦਾ ਜਾਂ ਪੰਜਾਬ ਸਰਕਾਰ ਦਾ ਜੀ, ਵੀ ਜਿੰਨੇ ਉਹਨਾਂ ਨੇ ਐਡਵਰਟਾਈਜ਼, ਆਪਾਂ ਤੁਸੀਂ ਪਹਿਲਾਂ ਦੇਖੋ ਵੀ ਆਪਾਂ ਇਸ ਵੇਲੇ ਮੇਨ ਚੌਂਕ 'ਚ ਖੜੇ ਹਾਂ ਜੀ ਜੀ, 30 ਵਸਤਾ ਚੌਂਕ ਸ਼ਹੀਦ ਮਲਕੀਤ ਸਿੰਘ ਰੋਡ ਜੀ ਜੀ, ਤੇ ਇੱਥੋਂ ਅੱਗੇ ਜਾ ਕੇ ਦੇਖ ਲਓ ਬਈ ਇੱਥੇ ਕੋਈ ਲਾਈਟ ਜਗਦੀ ਆ ਜੀ, ਇਹ ਮੇਨ ਚੌਂਕ ਆ ਸ਼ਹਿਰ ਦਾ। ਤੁਸੀਂ ਉਹ ਵੀ ਜ਼ਿਕਰ ਕਰਦੇ ਸੀ ਕਿ ਇੱਥੇ ਕੈਮਰੇ ਲੱਗੇ ਨੇ ਬਹੁਤ ਮਹਿੰਗੇ, ਮੈਂ ਉਹੀ ਗੱਲ ਕਰਦਾ ਜੀ, ਦੇਖੋ ਕੈਮਰੇ ਲੱਗੇ ਆ, ਕੈਮਰੇ ਇੰਨੇ ਮਹਿੰਗੇ ਲੱਗੇ ਆ, ਜੇ ਉਹਦੇ ਉੱਤੇ ਕੈਮਰੇ ਦੇ ਉੱਤੇ ਜਿਹੜੀ ਲਾਈਟ ਆ ਜਿਹਨੇ ਉਹਨੇ
ਜਿਸ ਨੂੰ ਉਹਨੇ ਕਵਰ ਕਰਨਾ ਜੇ ਉਹ ਹਨੇਰੇ ਦੇ ਵਿੱਚ ਉਹ ਕੀ ਕਵਰ ਕਰੂਗਾ ਕੈਮਰਾ ਆਹ ਤੁਸੀਂ ਹੁਣ ਦੇਖੋ ਆਪਾਂ ਮੇਨ ਚੌਂਕ ਦੇ ਵਿੱਚ ਖੜੇ ਹਾਂ ਜਿਹੜਾ ਨਹਿਰੂ ਗੇਟ ਚੌਂਕ ਹੈ ਤੇ ਇੱਥੇ ਲਾਈਟਾਂ ਲੱਗੀਆਂ ਦੇਖ ਲਓ ਆਹ ਦੇਖ ਲਓ ਉੱਪਰ ਕਿੰਨੀਆਂ ਘੱਟੋ ਘੱਟ 10 ਲਾਈਟਾਂ ਲੱਗੀਆਂ ਮੇਨ ਚੌਂਕ ਦੀਆਂ ਔਰ ਇਹ ਲੰਬੇ ਸਮੇਂ ਤੋਂ ਬੰਦ ਪਈਆਂ ਪਰ ਇਹਨਾਂ ਦੇ ਬੰਦ ਹੋਣ ਦਾ ਕਾਰਨ ਕੀ ਹੈ ਜੀ देखो बंद होने का कारण लंबे समय तो जिहड़ी इन्हां दी मेंटेनेंस नहीं हो रही जिस तरह तुसीं पहला कहा भी एलईडी लाइटा दे विच ओह लगियां एलईडी लाइटा ओह देखो उस कंपनी ने 40 लाख रुपया साल का जिहड़ा आ ओह ऐड दा देना ते उहनां ने तां अपनी ऐड शुरू कर ली ठीक है लॉकडाउन लग गया ओह किसे दे हत्थ वस नहीं सीगा लेकिन जिहड़ियां आ लाइटा लगियां सरकारी बड़े लंबे समय तो बंद पईआं क्योंकि कारण यह हो जाता जो असी कोई गल असी तो लोगों की आवाज कर चक रहे हैं ना कि निजी तौर पर क्योंकि इल्जाम मैं पहले भी बेनती की भी इल्जाम ला देना कितने बैठ के वह बड़ा सौखा आ इस करके मैं पीवी बत्ती की टीम कहा भी तुम आओ आगे विजिट करो तो देखो इल्जाम तो वह होंगे जो झूठे लाए जाने थले लोग कॉमेंट भी कर रहे कि खालसा जी ने असं एग्री करते हैं जी खालसा जी तुसी आ देखो राहों रोड ते चल रहे हैं जी जेड़ा नवा शहर आ नगर कौंसल दी हद और शायद लोग वॉक ते भी इधर आंदे हो देखो इस रोड दे उत्ते सब तो वध स्कूल कॉलेज ते बंद आ लेकिन लोग सैर करन दे लई जेड़ी ग्राउंड आरिया स्कूल दी ग्राउंड आर के आरिया कॉलेज दी ग्राउंड और सवेरे निरने भी तड़के ते शाम नूं भी जेड़ा आ उह इन्हां रोडां ते सैर करन आउंदे आ ते लेकिन लंबे समय तो यह लाइटा जी बंद पी तो यही इच्छा सी शहर हालात ने तो बाहर निकल की होगा कैमरामैन इधर ग्राउंड वाल भी दिखा सकते ने लाइट कोई नी जगदी ठीक है जी जो असि गल कर दें फिर कहते जी विरोधी गुमराह कर दे नुमाइंदा होने के नाते नहीं और ना मैं कोई इल्जाम लाने के लिए इल्जाम लाने लिए बड़े समय आ मैं एक आम नागरिक जेड़ा नवा शहर का ओदे होने के नाते यह गल कर रहा ना कि मैं इस वेले किसी पार्टी का नुमाइंदा बन के गल कर रहा मैं तो एक आम शहरी एक आम नागरिक एमएलए साहब कहते हैं कि हम वोटा विच उस पहला मैं इन्ने काम करते हैं सवेरे जी सा गलबात हुई है हालांकि उन्होंने प्रोपर याद नहीं उन्होंने बड़े काम गणाते ने कि उसके बिहाफ से चोन लड़ लांगे भी मैं धन्यवाद करता जी आ सिर्फ एक लाइट जगदी है शुक्र है एक लाइट तो जगदी मिली आ असीं कह सकते हैं कि राहो रोड से गए एक लाइट मिल गई है अगे तुसीं इह गांह अगे चल जाओ जिथे तक नगर कौंसल की स्ट्रीट लाइट लगी आ सिर्फ लोगों दी निजी लाइटा जगदियां कह सकते कि कोई भी लाइट नहीं जगदी नहीं एक जगदियां जी मैं तो धन्यवाद करदा चलो शुक्र आ भी कोई लाइट तो यह तो कह सकते भी राहो रोड से पूरे दे विच एक लाइट जगदी भी पता नहीं किदा बेचारे ने ठीक कराई होनी निजी तौर पर आसी आ देखो लाइटा लगियां राहो रोड से आप बेगमपुर गेट वाल जा रहे हैं आ देखो शहर की मेन हाईवे आ जिहड़ा जे एंड के दिल्ली नाल जोड़दी आ सड़क पिछले लंबे समय तो इस करके असीं तां इही अपील करदे हां
ਜਿਹੜਾ ਡ੍ਰੀਮ ਪ੍ਰੋਜੈਕਟ ਹੈ ਉਹ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਪਰ ਘੱਟੋ ਘੱਟ ਇਹਨਾਂ ਦੀ ਮੁਰੰਮਤ ਹੋਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਪਰ ਉਹਨਾਂ ਦੀ ਮੁਰੰਮਤ ਜਿਹੜਾ ਡ੍ਰੀਮ ਪ੍ਰੋਜੈਕਟ ਹੋ ਕਿਉਂ ਨਹੀਂ ਰਿਹਾ ਕਿ ਪਿੱਛੋਂ ਫੰਡ ਨਹੀਂ ਆ ਰਿਹਾ ਜਾਂ ਰੀਜ਼ਨ ਕੀ ਹੈ ਦੇਖੋ ਉਹ ਕੰਪਨੀ ਦਾ ਪੂਰੇ ਪੰਜਾਬ ਦੇ ਨਾਲ ਕੰਟਰੈਕਟ ਸੀਗਾ ਜੀ ਅਸੀਂ ਹੁਣ ਜਿਹੜੀ ਆਪਣੀ ਕਾਰ ਆ ਉਹਨੂੰ ਵਾਪਸ ਘੁਮਾ ਰਹੇ ਹਾਂ ਜੀ ਬੰਗਾ ਰੋਡ ਵੱਲ ਜਾਣ ਦੀ ਕੋਸ਼ਿਸ਼ ਕਰਾਂਗੇ ਔਰ ਮੈਂ ਕੋਸ਼ਿਸ਼ ਇਸ ਲਈ ਕਹਿ ਰਿਹਾ ਕਿਉਂਕਿ ਉੱਤੇ ਕੋਈ ਸਟਰੀਟ ਲਾਈਟ ਨਹੀਂ ਆ ਅਤੇ ਗੱਡੀ 'ਚ ਕੈਮਰਾ ਵੀ ਆ ਔਰ ਤੁਸੀਂ ਕੈਮਰਾਮੈਨ ਦਿਖਾ ਸਕਦੇ ਹੋ ਆਪਾਂ ਪਿੱਛੇ ਜਦੋਂ ਯੂ ਟਰਨ ਲੈਣਾ ਉਹ ਕਿੰਨਾ ਮੁਸ਼ਕਿਲ ਹੁੰਦਾ ਕਿਉਂਕਿ ਲਾਈਟ ਨਹੀਂ ਆ ਤਾਂ ਜਦੋਂ ਕੋਈ ਬੰਦਾ ਕਾਰ ਨੂੰ ਘੁਮਾਉਂਦਾ ਤਾਂ ਪਿੱਛੇ ਜਿਹੜੀ ਗੱਡੀ ਆਉਂਦੀ ਉਹ ਸਟਰੇਟ ਹਾਈ ਬੀਮ 'ਤੇ ਚੱਲਦੀ ਆ ਹਾਈ ਬੀਮ 'ਤੇ ਚੱਲਦੀ ਤਾਂ ਅੱਖਾਂ ਵਿੱਚ ਬਹੁਤ ਲਾਈਟ ਪੈਂਦੀ ਆ ਜੀ ਖਾਲਸਾ ਜੀ ਕੀ ਕਹਿ ਰਹੇ ਹੋ ਤੁਸੀਂ ਮੈਂ ਇਹ ਗੱਲ ਕਹਿ ਰਿਹਾ ਸੀ ਤੁਸੀਂ ਮੈਨੂੰ ਸਵਾਲ ਕੀਤਾ ਵੀ ਇਹ ਲਾਈਟਾਂ ਡ੍ਰੀਮ ਪ੍ਰੋਜੈਕਟ ਜਿਹੜਾ ਆ ਉਹ ਫੇਲ ਕਿਉਂ ਹੋ ਰਿਹਾ ਦੇਖੋ ਕੰਪਨੀ ਨੇ ਨਵੰਬਰ ਦੇ ਵਿੱਚ ਜਿਹੜਾ ਆ ਉਹ ਸ੍ਰੀ ਸੁਲਤਾਨਪੁਰ ਲੋਧੀ ਸਾਹਿਬ ਆਪਣਾ ਕੰਮ ਸ਼ੁਰੂ ਕਰ ਦਿੱਤਾ ਔਰ ਨਾਲ ਹੀ ਉਹਨਾਂ ਨੇ ਕੁਛ ਆਪਣੇ ਜਿਹੜੇ ਨੁਮਾਇੰਦੇ ਉਹ ਨਵਾਂ ਸ਼ਹਿਰ ਭੇਜ ਦਿੱਤੇ ਨਵਾਂ ਸ਼ਹਿਰ ਦੇ ਵਿੱਚ ਜਿਹੜੀਆਂ ਲਾਈਟਾਂ ਆਈਆਂ ਉਹ ਪਹਿਲੀ ਗੱਲ ਤਾਂ ਦੇਖੋ ਕਾਂਗਰਸੀ ਕੌਂਸਲਰਾਂ ਦੇ ਵਾਰਡ 'ਚ ਲੱਗੀਆਂ ਅਕਾਲੀਆਂ ਦੇ ਵਾਰਡ ਨੂੰ ਉਸ ਗੱਲ ਤੋਂ ਇਗਨੋਰ ਕਰ ਦਿੱਤਾ ਚਲੋ ਉੱਥੇ ਵੀ ਲੋਕ ਰਹਿੰਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਪਿੱਛੇ ਜੇ ਤੁਹਾਡੀ ਪਾਰਟੀ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਅਸੀਂ ਮਿਊਂਸੀਪਲ ਕਮੇਟੀ ਜਾ ਕੇ ਗੱਲ ਕੀਤੀ ਮੈਨੂੰ ਉਹਨਾਂ ਸੱਜਣ ਦਾ ਨਾਮ ਵਿਸਰ ਗਿਆ ਉਹ ਕਹਿੰਦੇ ਕਿ ਅਸੀਂ 1000 ਦੇ ਤਕਰੀਬਨ ਲਾਈਟਾਂ ਲਗਾ ਦਿੱਤੀਆਂ ਤਾਂ ਤੁਹਾਡੀ ਪਾਰਟੀ ਨੇ ਇਹ ਵੀ ਕਿਹਾ ਕਿ ਸ਼ਾਇਦ MLA ਸਾਹਿਬ ਨੇ ਆਪਣੇ ਘਰ ਵਾਲੇ ਪਾਸੇ ਲਵਾ ਲਈਆਂ ਸਾਨੂੰ ਤਾਂ ਨਜ਼ਰ ਨਹੀਂ ਆਈਆਂ ਉਹ ਕੀ ਸਿਲਸਿਲਾ ਸੀ ਦੇਖੋ ਮੇਰੀ ਬੇਨਤੀ ਸੁਣੋ ਜਿਹੜੀ ਜਦੋਂ ਸਲੋ ਰੋਡ ਵਾਲੇ ਪਾਸੇ ਆਪਾਂ ਜਿਹੜੀ ਨਵੀਂ ਸੜਕ ਬਣੀ ਆ ਉਹ ਬਾਹਰਲੇ ਪਾਸੇ ਆਊਟਰ ਅਨਆਥੋਰਾਈਜ਼ਡ ਕਲੋਨੀਆਂ ਆ ਉੱਥੇ LED ਲਾਈਟਾਂ ਜ਼ਰੂਰ ਜਗਦੀਆਂ ਦਿਸਦੀਆਂ ਮੈਂ ਦੇਖੋ ਕੋਈ ਇਲਜ਼ਾਮ ਨਹੀਂ ਲਾਉਂਦਾ ਤੁਸੀਂ ਸਾਡੇ ਵਾਰਡਾਂ 'ਚ ਜਾ ਕੇ ਦੇਖ ਲਓ ਮੈਂ ਫਿਰ ਉਹੀ ਗੱਲ ਕਰਦਾ ਵੀ ਇਲਜ਼ਾਮ ਲਾਉਣਾ ਉਹਨੂੰ ਸਾਬਤ ਕਰਨਾ ਬੜਾ ਔਖਾ ਆ ਤੇ ਜੇ ਤੁਸੀਂ ਉਸ ਏਰੀਆ ਦੇ ਵਿੱਚ ਜਾ ਕੇ ਦੇਖ ਲਓ ਵੀ LED ਲਾਈਟਾਂ ਲੱਗੀਆਂ ਕਿੰਨੀਆਂ LED ਮੈਂ ਤੁਹਾਨੂੰ ਟੋਕਦਾ ਜੀ ਇੱਥੇ ਜਿਹੜੇ MLA ਅੰਗਦ ਸਿੰਘ ਉਹਨਾਂ ਦੇ ਜਿਹੜੇ PA ਨੇ ਵਿੱਕੀ ਉਹਨਾਂ ਦਾ ਮੈਸੇਜ ਆਇਆ ਕਹਿੰਦੇ ਕਿ ਅਕਾਲੀ ਦਲ ਕੋਲ ਕੋਈ ਹੋਰ ਮੁੱਦਾ ਹੈ ਨਹੀਂ MLA ਅੰਗਦ ਜੀ ਵਿਕਾਸ ਦਾ ਮਸੀਹਾ ਨੇ ਔਰ ਜਿਹੜੀਆਂ ਲਾਈਟਾਂ ਅਕਾਲੀ ਦਲ ਦੇ ਵੇਲੇ ਕਿੰਨੀਆਂ ਸੀਗੀਆਂ ਦੇਖੋ ਕਿੰਨੀਆਂ ਸੀਗੀਆਂ ਨਹੀਂ ਸੋਰੀ ਮੈਂ ਕਿਉਂਕਿ ਮੈਂ ਪੜ੍ਹ ਨਹੀਂ ਪਾ ਰਿਹਾ ਸੀ ਪ੍ਰੋਪਰ ਤਾਂ ਕਹਿੰਦੇ ਸੀਗੇ ਇਸ ਤੋਂ ਵੀ ਬੁਰੇ ਹਾਲਾਤ ਸੀਗੇ ਅਕਾਲੀ ਦਲ ਦੇ ਸਮੇਂ ਪਰ ਇਸ ਤੋਂ ਬੁਰਾ ਹੋਰ ਕੀ ਹੋ ਸਕਦਾ ਜੀ ਕਿਉਂਕਿ ਇੱਕੋ ਹੀ ਲਾਈਟ ਜਗ ਰਹੀ ਆ ਦੇਖੋ ਮੇਰੀ ਬੇਨਤੀ ਸੁਣੋ ਹੁਣ ਆਪਾਂ 4 ਸਾਲ ਪਹਿਲਾਂ ਦੀ ਗੱਲ ਨਾ ਕਰੀਏ ਪਿਛਲੇ 4.5 ਸਾਲ ਤੋਂ ਕਾਂਗਰਸ ਜਿਹੜੀ ਆ 10 ਸਾਲ ਤੋਂ ਤੇ ਲਗਭਗ ਕਾਬਜੇ ਹੀ ਆ ਨਵਾਂ ਸ਼ਹਿਰ ਨਗਰ ਕੌਂਸਲ ਤੇ ਮੈਂ ਪਿਛਲੇ 4.5 ਸਾਲ ਦੀ ਗੱਲ ਕਰਦਾ ਸਰਕਾਰ ਉਹਨਾਂ ਦੀ ਨਗਰ ਕੌਂਸਲ ਉਹਨਾਂ ਦੀ ਤੇ ਆਪਾਂ ਹੁਣ ਅੱਗੇ ਪਿੱਛੇ ਚੱਲ ਜਾਈਏ ਜੀ 5 ਸਾਲ ਪਹਿਲਾਂ ਕੀ ਸੀਗਾ ਔਰ ਮੈਂ ਇੱਕ ਮਿੰਟ ਤੁਹਾਡਾ ਲੈਣਾ ਜੀ ਪਬਲਿਕ ਮੈਸੇਜ ਕਰ ਰਹੀ ਹੈ ਕਿ ਬੰਗਾ ਰੋਡ ਵੱਲ ਨੂੰ ਚਲੋ ਤੇ ਆਪਾਂ ਦੱਸ ਦਈਏ ਅਸੀਂ ਬੰਗਾ ਰੋਡ ਵੱਲ ਹੀ ਜਾ ਰਹੇ ਹਾਂ ਔਰ ਖਾਲਸੇ ਤੁਸੀਂ ਆਪਣੀ ਗੱਲ ਨੂੰ ਕੰਟੀਨਿਊ ਕਰ ਸਕਦੇ ਦੇਖੋ ਮੈਂ ਪਹਿਲਾਂ ਬੇਨਤੀ ਕਰਦਾ ਕੋਈ ਮੈਂ ਇੱਥੇ ਕੋਈ ਇੱਕ ਸੈਕਿੰਡ ਲੈ ਸਕਦੇ ਜੀ MLA ਅੰਗਦ ਸਿੰਘ ਉਹਨਾਂ ਦੇ PA ਦਾ ਫੋਨ ਆ ਰਿਹਾ ਆਪਾਂ ਚੱਕ ਸਕਦੇ ਹਾਂ ਹਾਂਜੀ ਹਾਂਜੀ ਸਪੀਕਰ ਤੇ ਫੋਨ ਹੈ ਜੀ ਵਿੱਕੀ ਜੀ ਕਹੋ ਤੁਹਾਡਾ ਫੋਨ ਸਪੀਕਰ ਤੇ ਹੈ ਪਬਲਿਕ ਦੇਖ ਰਹੀ ਹੈ ਜੀ ਪਰ ਵਿੱਕੀ ਜੀ ਇਸ ਤੋਂ ਮਾੜਾ ਕੀ ਹੋ ਸਕਦਾ ਕਿਉਂਕਿ ਉੱਥੇ ਲਾਈਟ ਤਾਂ ਸਿਰਫ ਇੱਕੋ ਹੀ ਚੱਲ ਰਹੀ ਹੈ ਇਸ ਤੋਂ ਮਾੜਾ ਕੀ ਹੋਏਗਾ ਜੀ ਪਰ ਹੁਣ ਵੀ ਜਮਾ ਹੀ ਨਹੀਂ ਹੈ ਨਾ ਜੀ ਹੁਣ ਵੀ ਜਮਾ ਹੀ ਨਹੀਂ ਹੈ ਜੀ ਸਰ ਇਹ ਕੋਈ ਫੈਕਟ ਦੀ ਗੱਲ ਕਰੋ ਤੁਸੀਂ ਮੈਂ ਨਵੀਆਂ ਲਾਈਟ ਮੇਰੀ ਗੱਲ ਸੁਣੋ ਵਿੱਕੀ ਜੀ ਇਹ ਗੱਲ ਕਹਿ ਰਹੇ ਆ ਉਹਨਾਂ ਦੀ ਸੁਣ ਲਓ ਖਾਲਸਾ ਜੀ ਇੱਕ ਮਿੰਟ ਸੁਣ ਲਓ ਜੀ ਜੀ ਵਿੱਕੀ ਜੀ ਜੀ ਆਪਣੀ ਜੇਬ ਤੋਂ ਠੀਕ ਕਰਾ ਰਿਹਾ ਇਹਨਾਂ ਨੂੰ ਇਹ ਸਵਾਲ ਪੁੱਛੋ ਮੈਂ ਇਸ ਵੇਲੇ ਅੰਬੇਦਕਰ ਚੌਂਕ ਤੇ ਦੀਆਂ ਲਾਈਟਾਂ ਜੀ ਜੀ ਇੱਕ ਮਿੰਟ ਆਪਾਂ ਇੱਥੇ ਡਰਾਈਵਰ ਸਾਹਿਬ ਗੱਡੀ ਰੋਕ ਲਓ ਆਪਾਂ ਇੱਕ ਮਿੰਟ ਵਿੱਕੀ ਜੀ ਦੇ ਵੀ ਜਿਹੜੇ ਮਨ ਦੇ ਤੌਖ ਲੈਨੇ ਉਹ ਜ਼ਰੂਰ ਸਾਂਝੇ ਕਰਨੇ ਨੇ ਖਾਲਸਾ ਜੀ ਵਿੱਕੀ ਜੀ ਨੇ ਸਵਾਲ ਪੁੱਛਿਆ ਤੁਹਾਡਾ ਮਹੱਲਾ ਕਿਵੇਂ ਜਗਮਗਾਉਂਦਾ ਮੈਂ ਤਾਂ ਇਹ ਗੱਲ ਕਰ ਰਿਹਾ ਜੀ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਗੱਲ ਕਰ ਰਹੇ ਆ ਉਹਨਾਂ ਨੂੰ ਕਹੋ ਪਿਛਲੇ ਸਮੇਂ ਦੀ ਅਖਬਾਰ ਕੱਢ ਕੇ ਦੇਖ ਲਓ ਅਸੀਂ ਇਹ ਸਵਾਲ ਚੁੱਕਦੇ ਰਹੇ ਆ ਵੀ ਨਗਰ ਕੌਂਸਲ ਦੇ ਅਧਿਕਾਰੀਆਂ ਕੋਲ ਮੇਨਟੇਨੈਂਸ ਦੇ ਲਈ ਕੋਈ ਸਮਾਨ ਨਹੀਂ ਸੀ ਅਸੀਂ ਆਪਣੀ ਜੇਬ ਚੋਂ ਲੈ ਕੇ ਦਿੰਦੇ ਰਹੇ ਆ ਵਿੱਕੀ ਜੀ ਇਹ ਕਹਿ ਰਹੇ ਨੇ ਆਪਣੀ ਪਰਸਨਲ ਜੇਬ ਚੋਂ ਖਰਚਾ ਕਰਕੇ ਜਾਂ
मेरी गल सुनो जे सच बोलना हो सच कौड़ा हुंदा इन्हां नूं कहो जिहड़े इन्हां दे अपने कौंसलर आ ओह महाराज दी हजूरी च आके गल कह देण जां जिहड़े रब नूं मंनदे आ क्या पिछले समय तो समान की शॉर्टेज चल रही है क्या जेडे कौंसलर साहबान अपने को लाइट हो सकता कांग्रेसी कौंसलर दिंदे रहंदे रहे हुण सानू नहीं दिंदे सी विक्की जी एक सवाल मेरा भी है विक्की जी मेरा एक सवाल मेरा भी है विक्की जी एक सवाल मेरा भी सुन लो ए तुसी लाइटा देख लो ना एक भी लाइट नहीं जग रही आप इस 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 ए सारा नजारा देख के किवें कह सकते कि एमएलए साहब मसीहा ने मैं पहला भी मेरी मेरी एक बेनती सुनो जी विक्की जी मेरी एक बेनती सुनो मैं तो कहना 1000 पॉइंट आया लेकिन वो लगा कांग्रेसी कौंसलर दे वार्डां च अकालिया दे कौंसलर नू 10 लाइटां दित्तियां गईयां पर तुहाडा भी बल्ला जग मगा रहा खालसा जी मेरी बेनती सुनो जी मेरिया लाइटां मेरे सवाल तो यह भज रहे आ मैं तो कह रहा भी अखबार कढ के देखो ये इल्जाम अज नहीं ला रहे भी लाइव होया मैं तो बकायदा अखबार दे विच गल दित्ती सी विक्की जी एक तुहानू जी मैं स्पीकर ऑन करके गलेरिया साहब नू पुछ लो बे क्या उन्होंने 18000 रुपया कोलो ला के भी अपने महल्ले दी लाइटां खालसा जी प्रूफ कर सकते हैं प्रूफ कर सकते हैं मेरी गल सुनो विक्की जी कहने मैं प्रूफ कर दिंदा गलेरिया जी ने 18000 कोलो खर्चे आ मैं इन्हां दे लाइटां वाले आ इन्हां दे मुलाजम आ क्या ओह पुछ के दस दे 150 रुपए दी चोक आंदी है विक्की जी एक 150 रुपए की चोक असी कोलो लैके पौंदे रहे हां सिर्फ नगर कौंसल दे कोल सिर्फ राड सिगे कई बार ओ भी राड भी नहीं हुंदे सिगे ते इस करके मेरी गल सुनो तुसी हकीकत जिहड़ा मुद्दा ओहदे ते आओ असी तां इह पुछ रहे भी सारे शहर दीआं लाइटां साल तो बंद पईआं तुसी 5 साल पिछे चल गए गल अज दी करो अज सच कौड़ा क्यों लग रहा तुहानू विक्की जी मेरा इक सवाल आ विक्की जी मेरा इक सवाल आ तुसी कदी राहो रोड तो गुजरे हो विक्की जी कदे राहो रोड तो गुजरे हो फिर तुसी कदे उत्थे स्ट्रीट लाइट नहीं देखी विक्की जी 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 मैं एक साल पुरानी भी अज दी गल करदा तुसी कोविड-19 च कदी गुजरे हो जी 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 खाते सुन लो पहले मैं मेंबर अपने वार्ड दा सीगा ड्राइवर साहब तुसी गड्डी करो आप मेरी एक बेनती सुनो मैं तो यह गल कर रहा मैं तो कौंसलर सीगा मैं कौंसलर दी ड्यूटी उदो भी निभांदा सी हाउस च ते अज भी निभा रहा मतलब यह आ ਤੁਸੀਂ ਲੋਕਾਂ ਕੋਲ ਜਾਓ ਵਿੱਕੀ ਜੀ ਰਾਹੋਂ ਰੋਡ ਦੇ ਲੋਕਾਂ ਨੂੰ ਪੁੱਛੋ ਲਾਈਟਾਂ ਕਦੋਂ ਦੀਆਂ ਬੰਦ ਆ ਬੰਗਾ ਰੋਡ ਦੇ ਲੋਕਾਂ ਕੋਲ ਪੁੱਛੋ ਲਾਈਟਾਂ ਕਦੋਂ ਦੀਆਂ ਬੰਦ ਆ ਇਲਜ਼ਾਮ ਦੇਖੋ ਮੈਂ ਵਿਰੋਧੀ ਧਿਰ ਦਾ ਨੇਤਾ ਹੋਣ ਦੇ ਨਾਤੇ ਨਹੀਂ ਗੱਲ ਕਰ ਰਿਹਾ ਇੱਕ ਆਮ ਸ਼ਹਿਰੀ ਜਿਹੜੀ ਐਮਸੀ ਦੀ ਗੱਲ ਕਰਦੇ ਆ ਨਗਰ ਕੌਂਸਲ ਵੀ ਤੁਹਾਡੀ ਸੀ ਪ੍ਰਧਾਨ ਵੀ ਤੁਹਾਡਾ ਸੀਗਾ ਇੱਥੇ ਜੀਵਨ ਕੁਮਾਰ ਜੀ ਨੇ ਕੋਈ 14 ਨੰਬਰ ਵਾਰਡ ਤੋਂ ਕਹਿੰਦੇ ਨੇ ਨਾ ਪਾਣੀ ਦੀ ਸਪਲਾਈ ਆ ਨਾ ਕੋਈ ਸਟਰੀਟ ਲਾਈਟ ਚੱਲਦੀ ਆ ਇਹ ਵੀ ਤਾਂ ਤੁਹਾਡੇ ਜਿਹੜੇ ਮਸੀਹਾ ਜੀ ਨੇ ਉਹਨਾਂ ਦੇ ਕੌਨਸੀਕੁਐਂਸੀ ਵਿੱਚ ਹੀ ਆਉਂਦੀ ਹੈ ਨਾ ਇਹ 14 ਨੰਬਰ ਵਾਰਡ ਵੀ ਤੁਸੀਂ ਬੰਗਾ ਰੋਡ ਮੈਂ ਦਿਖਾਣਾ ਚਾਹਨਾ ਜੀ ਜੀ ਚਲੋ ਵਿੱਕੀ ਜੀ ਆਮ ਪਬਲਿਕ ਵਿੱਕੀ ਜੀ ਆਪਾਂ ਇਸ ਚੀਜ਼ ਤੇ ਫਿਰ ਡਿਬੇਟ ਕਰ ਲਾਂਗੇ ਤੁਹਾਨੂੰ ਤੇ ਪਰਮ ਖਾਲਸਾ ਜੀ ਨੂੰ ਬਿਠਾ ਕੇ ਡਿਬੇਟ ਕਰ ਲਾਂਗੇ ਆਮ ਪਬਲਿਕ ਇਹ ਕਰੀ ਸਾਨੂੰ ਬੰਗਾ ਰੋਡ ਦੇ ਹਾਲਾਤ ਦਿਖਾ ਦਿਓ ਪਰ ਜੀ ਚਲੋ ਵਿੱਕੀ ਜੀ ਬਹੁਤ ਸ਼ੁਕਰੀਆ ਅੰਬੇਦਕਰ ਚੌਂਕ ਦੀ ਲਾਈਟਾਂ ਦੇਖ ਲਓ ਇਹ ਬੁੱਤ ਦੇ ਉੱਤੇ ਲਾਈਟਾਂ ਲੱਗੀਆਂ ਜੀ ਅੰਬੇਦਕਰ ਚੌਂਕ ਦੇ ਜੀ ਆ ਲਾਈਟਾਂ ਤੁਸੀਂ ਦਿਖਾ ਸਕਦੇ ਆ ਜੀ ਵੀ ਇਹ ਬੰਦ ਆ ਕਿ ਨਹੀਂ ਬੰਦ ਉੱਪਰ ਕਿੰਨੀਆਂ ਲਾਈਟਾਂ ਲੱਗੀਆਂ ਜੀ ਇਸ ਤੋਂ ਅੱਗੇ ਚੱਲ ਜਾਓ ਜੀ ਇੱਥੇ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਕੈਮਰਾਮੈਨ ਸਾਡੇ ਵੱਲ ਇੱਕ ਮਿੰਟ ਕੈਮਰਾ ਕਰ ਦੇਣ ਦੇਖੋ ਸਾਡੇ ਨਾਲ ਬੜੀ ਵਾਰ ਤਰਾਸ਼ਦੀ ਹੁੰਦੀ ਆ ਕਿ ਜੇ ਅਸੀਂ ਐਮਐਲਏ ਅੰਗਦ ਦੀ ਵੀਡੀਓ ਬਣਾ ਦਿੰਦੇ ਆ ਐਮਐਲਏ ਅੰਗਦ ਸਾਹਿਬ ਦੀ ਵੀਡੀਓ ਬਣਾ ਦਿੰਦੇ ਮੈਂ ਇਦਾਂ ਕਹਿ ਦਿੰਦਾ ਕਿਉਂਕਿ ਕਈ ਉਹਨਾਂ ਦੇ ਵੀ ਉਪਾਸ਼ਕ ਹੋਣੇ ਨੇ
ਤਾਂ ਸਾਡੇ ਤੇ ਐਲੀਗੇਸ਼ਨ ਲੱਗ ਜਾਂਦਾ ਆ ਜੀ ਤੁਸੀਂ ਬੀਬੀ ਬੱਤੀ ਨਵਾਂ ਸ਼ਹਿਰ ਅੰਗਦ ਹੁਣਾਂ ਨੂੰ ਪ੍ਰਮੋਟ ਕਰਦੇ ਨੇ ਜੀ ਹੁਣ ਮੈਂ ਖਾਲਸਾ ਜੀ ਨਾਲ ਬੈਠਾ ਤਾਂ ਕਈਆਂ ਨੇ ਹੁਣ ਨੈਗੇਟਿਵ ਕਮੈਂਟ ਕਰਦੇ ਨੇ ਕਿ ਇਹ ਅਕਾਲੀਆਂ ਨੂੰ ਪ੍ਰਮੋਟ ਕਰ ਰਹੇ ਨੇ ਨਾ ਅਸੀਂ ਐਮਐਲਏ ਅੰਗਦ ਨੂੰ ਪ੍ਰਮੋਟ ਕਰਦੇ ਹਾਂ ਨਾ ਅਸੀਂ ਪਰਮ ਸਿੰਘ ਖਾਲਸਾ ਨੂੰ ਪ੍ਰਮੋਟ ਕਰਦੇ ਹਾਂ ਰੀਜ਼ਨ ਇਹੀ ਆ ਕਿ ਰਾਤ ਨੂੰ ਅਸੀਂ ਵੀ ਇੱਥੋਂ ਗੁਜ਼ਰਦੇ ਹਾਂ ਸਾਡੇ ਵੀਰ ਭੈਣ ਭਰਾ ਵੀ ਗੁਜ਼ਰਦੇ ਨੇ ਸਾਡੀਆਂ ਮਾਤਾਵਾਂ ਵੀ ਗੁਜ਼ਰਦੀਆਂ ਨੇ ਅਸੀਂ ਸਿਰਫ ਉਹਨਾਂ ਦੇ ਹੱਕ ਲਈ ਆਏ ਹਾਂ ਨਾ ਸਾਨੂੰ ਕਾਂਗਰਸ ਪਾਰਟੀ ਨਾਲ ਕੋਈ ਮਤਲਬ ਹੈ ਨਾ ਸਾਨੂੰ ਅਕਾਲੀ ਪਾਰਟੀ ਨਾਲ ਕੋਈ ਮਤਲਬ ਹੈ ਸਾਨੂੰ ਸਿਰਫ ਮਤਲਬ ਇਹ ਆ ਕਿ ਜੇ ਅਸੀਂ ਵੋਟ ਪਾਈ ਆ ਅਸੀਂ ਟੈਕਸ ਭਰਦੇ ਤਾਂ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਜੀ ਖਾਲਸਾ ਜੀ ਤੁਸੀਂ ਦੇਖੋ ਜਿਹੜੇ ਮੇਰਾ ਛੋਟਾ ਵੀਰ ਸੀਗਾ ਤੁਸੀਂ ਲਾਈਟਾਂ ਦੇਖ ਲਓ ਬੰਗਾ ਰੋਡ ਦੇ ਹਾਂ ਜੀ ਦੇਖੋ ਇਹ ਮੇਰਾ ਇਹ ਮੇਰੇ ਆਪਣਾ ਵਾਰਡ ਪੈਂਦਾ ਜੀ ਮੈਂ ਤੁਹਾਡੇ ਵਾਰਡ ਪੈਂਦਾ ਤੁਸੀਂ ਕਦੀ ਐਮਐਲਏ ਸਾਹਿਬ ਤੱਕ ਅਪਰੋਚ ਨਹੀਂ ਕੀਤੀ ਜਾਂ ਪ੍ਰਧਾਨ ਜੀ ਤੱਕ ਨਹੀਂ ਕੀਤੀ ਮੈਂ ਪ੍ਰਧਾਨ ਜੀ ਤੱਕ ਵੀ ਅਪਰੋਚ ਕੀਤੀ ਜੀ ਮੈਂ ਜਿਹੜੇ ਨਗਰ ਕੌਂ ਇੱਕ ਮਹੀਨੇ ਤੋਂ ਤਾਂ ਮੈਂ ਇਹਨਾਂ ਦਾ ਰਿਟਰਨ ਦੇ ਵਿੱਚ ਰਜਿਸਟਰ ਤੇ ਲਿਖ ਕੇ ਆਇਆ ਇਹ ਏਰੀਏ ਦੀਆਂ ਲਾਈਟਾਂ ਇੱਕ ਮਹੀਨੇ ਤੋਂ ਵਿਜੇ ਜੀ ਇਹਨਾਂ ਨੂੰ ਤੁਸੀਂ ਇੱਕ ਵਾਰੀ ਖਾਲਸਾ ਜੀ ਦੇ ਚਿਹਰੇ ਵੱਲ ਕਰਕੇ ਕਹੋ ਤੁਸੀਂ ਕੀ ਕਹਿੰਦੇ ਇੱਕ ਮਹੀਨੇ ਤੋਂ ਮੈਂ ਇੱਕ ਮਹੀਨੇ ਪਹਿਲਾਂ ਜੀ ਜਿਹੜਾ ਨਗਰ ਕੌਂਸਲ ਦਾ ਰਜਿਸਟਰ ਆ ਉਹਦੇ ਵਿੱਚ ਵੀ ਬਕਾਇਦਾ ਲਿਖ ਕੇ ਆਇਆ ਔਰ ਜਿਹੜੇ ਈਓ ਐਡੀਸ਼ਨਲ ਸੀਗੇ ਪਰ ਖਾਲਸਾ ਜੀ ਇੱਕ ਸਵਾਲ ਦਾ ਜਵਾਬ ਦਿਓ ਜੇ ਤੁਸੀਂ ਰਜਿਸਟਰ 'ਚ ਲਿਖ ਕੇ ਆਏ ਆ ਤੁਸੀਂ ਕਾਉਂਸਲਰ ਆ ਤੁਹਾਡੀ ਨਹੀਂ ਸੁਣੀ ਜਾਂਦੀ ਤਾਂ ਸਾਡੀ ਕੌਣ ਸੁਣੂਗਾ ਮੈਂ ਤਾਂ ਇਹੀ ਕਹਿ ਰਿਹਾ ਜੀ ਜੇ ਸਾਡੀ ਨਹੀਂ ਸੁਣ ਹੋ ਰਹੀ ਤੇ ਪਬਲਿਕ ਦੀ ਕਿੱਥੋਂ ਸੁਣ ਹੋਊਗੀ ਇਸ ਲਾਈਟਾਂ ਤੇ ਅਸੀਂ ਕਈ ਵਾਰ ਨਹੀਂ ਮਤਲਬ ਕਈ ਵਾਰ ਇਹਨਾਂ ਨੂੰ ਇਹ ਕੁਐਸਚਨ ਕੀਤਾ ਵੀ ਆ ਲਾਈਟਾਂ 'ਚ ਮੇਰੀ ਇੱਕ ਗੱਲ ਸੁਣੋ ਕਰਿਆਮ ਰੋਡ ਤੇ ਲਾਈਟਾਂ ਲੱਗੀਆਂ ਸ਼ਾਇਦ ਆਪਣੇ ਕੋਲ ਨਹੀਂ ਜਾ ਹੋਊਗਾ ਦੂਰ ਪੈਂਦਾ ਰੇਲਵੇ ਰੋਡ ਬਣਦਾ ਕਰਕੇ ਉੱਥੇ ਦੇ ਕੌਂਸਲਰ ਨੇ ਡਾਕਟਰ ਕਮਲ ਜੀ ਸੋ ਤੁਸੀਂ ਵੈਸੇ ਦੇਖ ਸਕਦੇ ਹੋ ਉੱਤੇ ਲਾਈਟਾਂ ਮੈਂ ਤੁਹਾਨੂੰ ਟੋਕ ਰਿਹਾ ਜੀ ਆਪਾਂ ਕਮਲ ਜੀ ਵਾਲੀ ਗੱਲ ਤੇ ਆਵਾਂਗੇ ਕੋਈ ਲਾਈਟ ਨਹੀਂ ਚੱਲ ਰਹੀ ਹਾਲਾਂਕਿ ਸਾਹਮਣੇ ਸਬਵੇ ਹੈ ਕੈਫੇ ਕਾਫੀ ਡੇ ਉਹ ਜਗਮਗਾ ਰਹੇ ਨੇ ਪਰ ਸੜਕ ਤੇ ਕੋਈ ਲਾਈਟ ਨਹੀਂ ਆ ਜੇ ਕੋਈ ਰੱਬ ਨਾ ਕਰੇ ਅਚਾਨਕ ਕੋਈ ਜਾਨਵਰ ਵੀ ਅੱਗੇ ਆ ਜਾਂਦਾ ਔਰ ਮੋਟਰਸਾਈਕਲ ਜਾਂ ਗੱਡੀ ਦੀ ਰੱਬ ਨਾ ਕਰੇ ਲਾਈਟ ਨਹੀਂ ਆ ਤਾਂ ਹਾਦਸਾ ਵਾਪਰ ਸਕਦਾ ਤੁਸੀਂ ਦੇਖ ਸਕਦੇ ਹੋ ਵਿਜੇ ਨੂੰ ਮੈਂ ਕਹੂੰਗਾ ਉਸ ਪਾਸੇ ਦਿਖਾਓ ਜਿੱਥੇ ਗੱਡੀਆਂ ਨਹੀਂ ਨੇ ਕਿੰਨਾ ਜਾਂ ਲਾਈਟਾਂ ਨਹੀਂ ਨੇ ਉਹ ਪਿੱਛੇ ਕਿੰਨਾ ਜਿਹੜਾ ਉੱਥੇ ਕਾਲਾ ਹਨੇਰੀ ਬਣੀ ਹੋਈ ਪਈ ਆ ਜੀ ਖਾਲਸਾ ਜੀ ਦੇਖੋ ਡਾਕਟਰ ਕਮਲ ਜਿਹੜੇ ਆ ਉਹ ਕਾਂਗਰਸ ਦੇ ਪਾਰਸ਼ਦ ਹੀ ਆ ਜੀ ਉਹਨਾਂ ਨੂੰ ਸਵਾਲ ਪੁੱਛ ਲਿਓ ਜਾਂ ਕਰਿਆਮ ਰੋਡ ਦੇ ਲੋਕਾਂ ਨੂੰ ਪੁੱਛ ਲਿਓ ਵੀ ਕਰਿਆਮ ਰੋਡ ਦੀਆਂ ਲਾਈਟਾਂ ਕਿੰਨੇ ਸਮੇਂ ਤੋਂ ਬੰਦ ਆ ਜੀ ਡਾਕਟਰ ਕਮਲ ਹੁਣਾਂ ਨੇ ਵੀ ਹਾਊਸ ਦੇ ਵਿੱਚ ਜਦੋਂ ਮੈਂ ਮੁੱਦਾ ਚੁੱਕਿਆ ਤਾਂ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਵੀ ਵਾਕਿਆ ਹੀ ਜਿਹੜੀਆਂ ਲਾਈਟਾਂ ਬੰਦ ਆ ਤੁਸੀਂ ਆਡੀਅੰਸ ਨੂੰ ਦੱਸ ਦੋ ਕਮਲ ਜੀ ਕਿਹੜੀ ਪਾਰਟੀ ਨਾਲ ਬਿਲੋਂਗ ਕਰਦੇ ਨੇ ਦੇਖੋ ਉਹ ਕਾਂਗਰਸ ਨਾਲ ਚਾਹੇ ਆ ਪਰ ਉਹਨਾਂ ਨੇ ਸਹਿਮਤੀ ਜਤਾਈ ਉਹਨਾਂ ਨੇ ਸਹਿਮਤੀ ਜਤਾਈ ਵੀ ਵਾਕਿਆ ਜਦੋਂ ਮੈਂ ਹਾਊਸ ਦੇ ਵਿੱਚ ਲਾਈਟਾਂ ਦਾ ਮੁੱਦਾ ਚੁੱਕਦਾ ਸੀਗਾ ਜਿਹੜੇ ਕਾਂਗਰਸ ਦੇ ਪਾਰਸ਼ਦ ਸੀਗੇ ਉਹਨਾਂ ਨੇ ਬਕਾਇਦਾ ਇਸ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਵੀ ਅਸੀਂ ਜੇ ਤੰਗ ਆ ਤਾਂ ਸਭ ਤੋਂ ਵੱਧ ਲਾਈਟਾਂ ਤੋਂ ਤੰਗ ਆ ਜੀ ਤੁਸੀਂ ਪਲੀਜ਼ ਉਹ ਕੋਨੇ ਦਿਖਾਓ ਜਿੱਥੇ ਲਾਈਟ ਨਹੀਂ ਸਟਰੀਟ ਲਾਈਟ ਪੈ ਰਹੀ ਤੇ ਕਿੰਨਾ ਹਨੇਰਾ ਹੈ ਤੁਸੀਂ ਕੋਨੇ ਦਿਖਾਓ ਇਸ ਪਾਸੇ ਵੀ ਕੋਨੇ ਜਿੱਥੇ ਕੋਈ ਸ਼ੋਰੂਮ ਨਹੀਂ ਆ ਜਾਂ ਕੋਈ ਕਿਸੇ ਨੇ ਨਿੱਜੀ ਲਾਈਟ ਨਹੀਂ ਲਾਈ ਹੋਈ ਤਾਂ ਕਿੰਨਾ ਹਨੇਰਾ ਹੈ ਜੀ ਖਾਲਸਾ ਜੀ ਦੇਖੋ ਉਸ ਤੋਂ ਬਾਅਦ ਜਿੰਨੇ ਵੀ ਕਾਂਗਰਸੀ ਪਾਰਸ਼ਦ ਸੀਗੇ ਮੈਂ ਸੌਰੀ ਮੈਂ ਤੁਹਾਨੂੰ ਟੋਕ ਰਿਹਾ ਮੈਂ ਡਰਾਈਵਰ ਸਾਹਿਬ ਨੂੰ ਕਹੂੰਗਾ ਇੱਕ ਵਾਰੀ ਲਾਈਟਾਂ ਬੰਦ ਕਰਕੇ ਦਿਖਾ ਦਿਓ ਅੱਗੇ ਕਿੰਨਾ ਹਨੇਰਾ ਆਉਂਦਾ ਇਹ ਲਾਈਟਾਂ ਬੰਦ ਹੋ ਚੁੱਕੀਆਂ ਜੀ ਗੱਡੀ ਦੀਆਂ ਵੀ ਔਰ ਇਸ ਸਮੇਂ ਕੋਈ ਲਾਈਟ ਨਹੀਂ ਚੱਲ ਰਹੀ ਗੱਡੀ ਦੇ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਬਾਹਰਲਾ ਮਾਹੌਲ ਜੀ ਹੁਣ ਲਾਈਟਾਂ ਚਲਾ ਕੇ ਦਿਖਾ ਦਿਓ ਤਾਂ ਹੁਣ ਲਾਈਟਾਂ ਜਗ ਗਈਆਂ ਨੇ ਲਾਈਟ ਫਿਰ ਬੰਦ ਕਰੀਓ ਜੀ ਫਿਰ ਜਗਾ ਦਿਓ ਜੀ ਜੀ ਖਾਲਸਾ ਜੀ ਤੁਸੀਂ ਕੰਟੀਨਿਊ ਕਰੋ ਜਿਹੜੇ ਕਾਂਗਰਸੀ ਪਾਰਸ਼ਦ ਆ ਕਿਉਂਕਿ ਜਦੋਂ ਅਸੀਂ ਉੱਥੇ ਜਿੱਤ ਕੇ ਚਲ ਜਾਂਦੇ ਹਾਂ ਸਾਡੀ ਕੋਈ ਪਾਰਟੀ ਨਹੀਂ ਕਿਉਂਕਿ ਅਸੀਂ ਸ਼ਹਿਰ ਦੇ ਨੁਮਾਇੰਦੇ ਆ ਉੱਥੇ ਜਦੋਂ ਹਾਊਸ 'ਚ ਇਹ ਗੱਲ ਅਸੀਂ ਕਰਦੇ ਸੀਗੇ ਜਿਹੜੇ ਨਾਲ ਦੇ ਕੌਂਸਲਰ ਸਾਹਿਬਾਨ ਸੀਗੇ ਉਹ ਸਹਿਮਤੀ ਪ੍ਰਗਟ ਕਰਦੇ ਸੀਗੇ ਵੀ ਵਾਕਿਆ ਲਾਈਟਾਂ ਜਿਹੜੀਆਂ ਠੀਕ ਹੋਣੀਆਂ ਚਾਹੀਦੀਆਂ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇੱਕ ਸਾਲ ਤੋਂ ਜਿਸ ਕੰਪਨੀ ਦੇ ਨਾਲ ਲਾਈਟ ਦੀ ਮੇਨਟੇਨੈਂਸ ਦਾ ਠੇਕਾ ਸੀ ਉਹ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਨਾ ਤਾਂ ਅੱਗੇ ਵਧਾਇਆ ਗਿਆ ਤੇ ਨਾ ਇਹਨਾਂ ਦੀ ਰਿਪੇਅਰ ਕੀਤੀ ਗਈ ਜਿਹੜੀ ਗੱਲ ਮੇਰਾ ਛੋਟਾ ਵੀਰ ਵਿੱਕੀ ਕਹਿ ਰਿਹਾ ਸੀਗਾ ਵੀ ਜੀ ਲਾਈਟਾਂ ਪਹਿਲਾਂ ਠੀਕ ਸੀਗੀਆਂ ਮੈਂ ਤਾਂ ਇਹ ਗੱਲ ਕਰਦਾ ਵੀ ਤੁਸੀਂ ਪਿੱਛੇ 20 ਸਾਲ ਦੀਆਂ ਗੱਲਾਂ ਨਾ ਕਰੋ ਅੱਜ ਦੀ ਗੱਲ ਕਰੋ ਕੋਣੇ 4 ਸਾਲ ਤੋਂ ਤੁਹਾਡੀ ਸਰਕਾਰ ਆ ਤੁਸੀਂ ਲੋਕਾਂ ਨੂੰ ਜਾ ਕੇ ਪੁੱਛੋ ਅਸੀਂ ਮੈਂ ਕੋਈ ਉਹਦੇ ਸਵਾਲ ਜਵਾਬ ਦਾ ਨਹੀਂ ਕਰ ਰਿਹਾ ਮੈਂ ਤਾਂ ਕਰ ਰਿਹਾ ਤਾਂ ਦੇਖੋ ਆਪਾਂ ਫੜਕ ਟੱਪ ਗਏ ਆ ਬੰਦਾ ਕੋਈ ਗੁਜ਼ਰ ਰਿਹਾ ਹੈ ਤੇ ਉੱਥੇ ਠੀਕ ਆਪਾਂ ਦੇਖ ਸਕਦੇ ਆ ਠੇਕੇ ਮੋਰੇ ਜਗਮਗਾਹਟ ਬਹੁਤ ਹੈ ਜੀ ਔਰ ਮੈਂ ਐਕਚੁਅਲੀ ਮੈਸੇਜ ਪੜ੍ਹ ਰਿਹਾ ਸੀ ਪ੍ਰਦੀਪ ਸ਼ੋਕਰ ਜੀ ਨੇ ਉਹ ਲਿਖ ਰਹੇ ਨਗਰ ਕੌਂਸਲ ਦੇ ਪ੍ਰਧਾਨ ਤੁਹਾਡੇ ਫੈਮਿਲੀ ਮੈਂਬਰ ਦੀ ਤਰ੍ਹਾਂ ਹੈ ਉਹ ਤੁਹਾਡਾ ਕੰਮ ਤਾਂ ਪਹਿਲਾਂ ਦੀ ਆਰਡਰ ਤੇ ਕਰਦੇ ਵਾ ਤੁਸੀਂ ਕਿਤੇ ਲੈ ਸਕਦੇ ਵਾ ਨਗਰ ਕਿਉਂਕਿ ਮੈਸੇਜ ਸਮਝ ਨਹੀਂ ਆ ਰਿਹਾ ਥੋੜ੍ਹਾ ਇੰਗਲਿਸ਼ ਉਹ ਕਹਿੰਦੇ ਨੇ ਕਿ ਪ੍ਰਧਾਨ ਫੈਮਿਲੀ ਮੈਂਬਰ ਦੀ ਤਰ੍ਹਾਂ ਤੁਹਾਡੇ ਫੈਮਿਲੀ ਮੈਂਬਰ ਦੀ ਤਰ੍ਹਾਂ ਕਹਿ ਰਹੇ ਨੇ ਕਿ ਉਹਨਾਂ ਨੇ ਮੈਂਸ਼ਨ ਨਹੀਂ ਕੀਤਾ ਕਿਹਦੇ ਫੈਮਿਲੀ ਮੈਂਬਰ ਦੀ ਤਰ੍ਹਾਂ ਮੇਰੀ ਇੱਕ ਬੇਨਤੀ ਸੁਣੋ ਜੀ
ਜਿੰਨੇ ਕੌਂਸਲਰ ਸਾਹਿਬਾਨ ਆ ਸਾਰੇ ਫੈਮਿਲੀ ਮੈਂਬਰ ਹੀ ਆ ਜੀ, ਕੋਈ ਜਾਤੀ ਦੁਸ਼ਮਣ ਤਾਂ ਕੋਈ ਵੀ ਨਹੀਂ ਹੈਗਾ ਜੀ, ਤੇ ਨਾ ਹੀ ਇੱਥੇ ਕੋਈ ਰਾਜਨੀਤਿਕ ਗੱਲ ਹੋ ਰਹੀ ਆ। ਠੀਕ ਆ ਲਲਿਤ ਮੋਹਨ, ਆ ਲਾਈਟਾਂ ਤੁਸੀਂ ਦੇਖ ਸਕਦੇ ਹੋ, ਫੋਟੋ ਪੁਆਇੰਟ ਦੇ ਲਾਗੇ ਪਹੁੰਚ ਗਏ ਆ। ਠੀਕ ਆ ਜੀ, ਤੇ ਸਾਰੇ ਪਰਿਵਾਰਕ ਮੈਂਬਰ ਆ, ਵਿਧਾਇਕ ਸਾਹਿਬ ਵੀ ਪਰਿਵਾਰਕ ਮੈਂਬਰ ਆ, ਜੇ ਇੱਥੇ ਦੇ MLA ਆ ਅਸੀਂ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਆ। ਇੱਕ ਮੈਸੇਜ ਹੋਰ ਆ ਰਿਹਾ ਜੀ ਕਿਸੇ ਦੇ, ਮੰਨਾ ਸਿੱਧੂ ਉਹ ਕਹਿੰਦੇ ਆ ਕਿ ਖਾਲਸਾ ਜੀ MLA ਸਾਹਿਬ ਨੇ ਇੰਨੇ ਜ਼ਿਆਦਾ ਕੰਮ ਕਰਵਾਇਆ, ਜੇ ਇੱਕ ਨਹੀਂ ਵੀ ਹੋਇਆ ਤਾਂ ਇਤਰਾਜ਼ ਕੀ, ਉਹ ਵੀ ਕਰਵਾ ਦੇਣਗੇ ਉਹਨਾਂ ਦੇ ਬਾਕੀ ਕੰਮਾਂ ਨੂੰ ਵੀ ਤਾਂ ਦੇਖੋ ਨਾ। ਮੇਰੀ ਬੇਨਤੀ ਸੁਣੋ ਜੀ, ਜੀ ਦੇਖੋ ਕੰਮ MLA ਸਾਹਿਬ ਨੇ ਕਰਨੇ ਆ ਜਿਹਨਾਂ ਦੀ ਸਰਕਾਰ ਆ ਜੀ, ਤੇ ਇਸ ਕਰਕੇ ਕੰਮ ਕਰਨੇ ਘੱਟ ਕੀਤੇ ਵੱਧ ਕੀਤੇ, ਜਦੋਂ ਆਪਾਂ ਆਪਣੀ ਪਿੱਠ ਥਪਾਉਂਦੇ ਆ ਵੀ ਮੈਂ ਤਾਂ ਜੀ ਬਹੁਤ ਵਿਕਾਸ ਦੇ ਕੰਮ ਕੀਤੇ ਆ, ਤੇ ਇਹ ਵੀ ਲੋਕਾਂ ਦੇ ਨਾਲ ਜੁੜਿਆ ਮੁੱਦਾ ਆ। ਪਰ MLA ਸਾਹਿਬ ਨੇ ਤਾਂ ਸਵੇਰੇ ਵੀ ਇਹ ਕਿਹਾ ਸੀ, ਕਹਿੰਦੇ ਤੁਹਾਨੂੰ ਇੰਨੀ ਕੋਈ ਤਕਲੀਫ ਹੈ ਤੁਸੀਂ RTI ਪਾ ਕੇ ਚੈੱਕ ਕਰ ਸਕਦੇ ਹੋ ਸਾਰਾ। ਤੁਸੀਂ ਲਾਈਟਾਂ ਤਾਂ ਮੈਂ ਤੁਹਾਨੂੰ ਲਾਈਵ ਦਿਖਾ ਰਿਹਾ, ਇਹਦੀ RTI ਕਹਿ ਜੀ ਪਾਵਾਂ ਜੀ, ਇਹ ਤਾਂ ਲੋਕਾਂ ਕੋਲ ਸਵਾਲ ਲਓ, ਲੋਕਾਂ ਦੇ ਜਵਾਬ ਲਓ ਜਿਹੜੇ ਲੋਕ ਲਾਈਟਾਂ ਦੇ ਥੱਲੇ ਰਹਿੰਦੇ ਆ। ਪਰ ਉਹਨਾਂ ਨਾਲ ਕੋਈ ਡਿਬੇਟ ਕਿਉਂ ਨਹੀਂ ਕਰਦਾ MLA ਸਾਹਿਬ ਨਾਲ ਬਹਿ ਕੇ? ਨਹੀਂ ਡਿਬੇਟ ਕਰਨ ਵਾਲੀ ਗੱਲ ਤਾਂ ਹੋਵੇ ਜੀ, ਦੇਖੋ ਮੈਂ ਤਾਂ ਨਵਾਂ ਸ਼ਹਿਰ ਦੀ ਗੱਲ ਕਰਦਾ ਕਿ ਹੁਣ MLA ਸਾਹਿਬ ਕਰਨ ਵੀ ਪੰਜਾਬ ਦੀ ਗੱਲ ਕਰੋ ਜੀ, ਮੈਂ ਪੰਜਾਬ ਦੀ ਗੱਲ ਛੱਡੋ, ਮੈਂ ਤਾਂ ਨਵਾਂ ਸ਼ਹਿਰ ਦਾ ਵਾਸੀ ਹਾਂ, ਮੈਂ ਨਵਾਂ ਸ਼ਹਿਰ ਦੀ ਗੱਲ ਕਰਦਾ। ਔਰ ਉਸ ਤੋਂ ਅੱਗੇ ਅੱਜ ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀਗਾ MLA ਸਾਹਿਬ ਦੀ, ਉਹ ਕਹਿੰਦੇ ਜੀ ਇੱਥੇ ਸਟੇਡੀਅਮ ਪਾਸ ਕਰਾਇਆ ਮਹਾਲੋਂ ਦੇ ਵਿੱਚ, ਨਗਰ ਪੰਜਾਬ ਚ ਹੋ ਗਿਆ, ਉੱਪਰੋਂ ਤਾਂ ਮੋਦੀ ਸਾਹਿਬ ਨੇ ਕਰਨਾ ਨਾ, ਉਹ ਚ MLA ਸਾਹਿਬ ਦਾ ਰੋਲ ਕੀ ਆ ਜੀ? ਮੇਰੀ ਬੇਨਤੀ ਸੁਣੋ, ਪੰਜਾਬ ਦੇ ਨਵਾਂ ਸ਼ਹਿਰ ਦੇ ਨੁਮਾਇੰਦੇ, ਉਹਨਾਂ ਨੇ ਜੁੱਤੀ ਕਸਾ ਕੇ ਪੈ ਆਪਣਾ ਸਿੰਘ ਫਸਾ ਕੇ ਕੋਸ਼ਿਸ਼ ਤਾਂ ਕੀਤੀ ਆ ਨਾ ਜੀ ਸਰਕਾਰ। ਮੇਰੀ ਬੇਨਤੀ ਸੁਣੋ ਜੀ, ਚੰਗੀ ਗੱਲ ਆ, ਕੋਸ਼ਿਸ਼ ਕੀਤੀ ਆ, ਲੇਕਿਨ ਜਿਹੜਾ ਕੰਮ ਹੋ ਗਿਆ ਉਹ ਮੈਂ ਕੀਤਾ, ਜਿਹੜਾ ਨਹੀਂ ਹੋਇਆ ਉਹ ਸੈਂਟਰ ਤੇ ਸਿੱਟ ਦਿਓ, ਫਿਰ ਇਦਾਂ ਗੱਲ ਨਹੀਂ ਹੁੰਦੀ। ਜੇ ਸਵੱਛਤਾ ਦੀ ਗੱਲ ਕਰਦੇ, ਖੁਦ ਉੱਥੇ ਇੰਟਰਵਿਊ ਕੀਤੀ ਸੀ, ਮੈਂ ਤੁਹਾਡੀ ਗੱਲ ਨੁਮਾਇੰਦੇ ਆਏ ਸੀ, ਉਹ ਕਹਿੰਦੇ ਡੈਫੀਨਿਟਲੀ ਕਰਵਾ ਕੇ ਦਵਾਂਗੇ, ਔਰ ਅਗਰ ਬਣ ਜਾਂਦਾ ਤਾਂ ਯੂਥ ਲਈ ਕਿੰਨਾ ਫਾਇਦਾ ਹੈ। ਮੈਂ ਤਾਂ ਖੁਦ ਕਹਿੰਦਾ ਜੀ, ਉਹਨਾਂ MLA ਸਾਹਿਬ ਹਾਊਸ 'ਚ ਆਏ ਤੇ ਉਸ ਦਿਨ ਅਸੀਂ ਟੇਬਲ ਆਈਟਮ 'ਚ ਇਹ ਮਤਾ ਪਾਸ ਕੀਤਾ ਬਈ ਇਹ ਜਗ੍ਹਾ ਸਟੇਡੀਅਮ ਬਣਾਉਣ ਵਾਸਤੇ ਅਸੀਂ ਦਿੰਨੇ ਆ ਜੀ। ਕਿਹੜੀ ਜਗ੍ਹਾ? ਜਿਹੜੀ ਇੱਥੇ ਜਿੱਥੋਂ ਆਪਾਂ ਲੰਘ ਰਹੇ ਹਾਂ, ਜਿੱਥੇ MLA ਸਾਹਿਬ ਲੈ ਕੇ ਆਏ, MLA ਸਾਹਿਬ ਲੈ ਕੇ ਆਏ ਜੀ। ਉਹਨਾਂ ਨੇ ਟੀਮ ਲਿਆਂਦੀ, ਉਹਨਾਂ ਨੇ ਕਿਹਾ ਮੇਰੀ ਗੱਲ ਹੋ ਗਈ ਆ, ਫਾਈਲ ਬਣ ਗਈ ਆ, ਓਕੇ ਹੋ ਜਾਣੀ ਆ, ਮੇਰੀ ਗੱਲ ਸਿਰੇ ਚੜ ਗਈ ਆ, ਇਹ ਤਾਂ ਉਹੀ ਦੱਸ ਸਕਦੇ ਆ। ਫਿਰ MLA ਸਾਹਿਬ ਨੇ ਇੱਕ 2018 ਦੇ ਵਿੱਚ 23/4/2018 ਨੂੰ ਇੱਕ ਹਾਊਸ ਦੇ ਵਿੱਚ ਮਤਾ ਪਾਇਆ ਵੀ 7 ਕਿਲੋਮੀਟਰ 8 ਕਿਲੋਮੀਟਰ ਨਵਾਂ ਸ਼ਹਿਰ ਜਿਹੜਾ ਏਰੀਆ ਆ, ਚਾਹੇ ਗੜ੍ਹ ਸ਼ੰਕਰ ਰੋਡ ਆ, ਚਾਹੇ ਬੰਗਾ ਰੋਡ ਆ। ਕਦੋਂ? 23 ਕਦੋਂ? 23/4/2018 ਮੇਰੇ ਇੱਕ ਦਿਲ ਦੀ ਖਾਹਿਸ਼ ਆ ਵੀ ਪੂਰੇ ਨਵਾਂ ਸ਼ਹਿਰ ਨੂੰ ਮੈਂ ਉੱਦਾਂ ਦਾ ਬਣਾਵਾਂ ਵੀ ਇੱਕੋ ਜਿਹੇ ਬੋਰਡ ਹੋਣ, ਇੱਕੋ ਜਿਹਾ ਸਾਰੀਆਂ ਦੁਕਾਨਾਂ ਤੇ ਪੇਂਟ ਹੋਵੇ। ਕੋਈ ਮਾੜੀ ਗੱਲ ਤਾਂ ਨਹੀਂ ਹੈ? ਮੈਂ ਤਾਂ ਉਹਦੀ ਸ਼ਲਾਘਾ ਕਰਦਾ ਜੀ, ਮੈਂ ਤਾਂ ਸਿਰਫ ਉਹਨਾਂ ਨੂੰ ਯਾਦ ਕਰਾ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਉਹਨਾਂ ਦਾ 1.5 ਸਾਲ ਹੈਗਾ, 1.5 ਸਾਲ ਚ ਕਰਵਾ ਦੇਣ। ਪਰ ਉਹਨਾਂ ਨੇ ਸਵੇਰੇ ਗੱਲ ਕਹੀ ਆ ਖਾਲਸਾ ਜੀ ਕਿ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕੰਮ ਕਿੰਨੀ ਰਫਤਾਰ ਨਾਲ ਹੁੰਦਾ। ਮੈਂ ਕਿਹਾ ਜੀ ਚੰਗੀ ਗੱਲ ਆ, ਦੇਖੋ ਮੇਰੀ ਗੱਲ ਸੁਣੋ, ਸਾਨੂੰ ਕੋਈ ਜੈਲਸੀ ਨਹੀਂ ਕਿ ਨਵਾਂ ਸ਼ਹਿਰ ਦੀ ਡਿਵੈਲਪਮੈਂਟ ਹੁੰਦੀ ਆ, ਅਸੀਂ ਤਾਂ ਸਵਾਗਤ ਕਰਦੇ ਹਾਂ। ਮੈਂ ਤਾਂ ਸਿਰਫ ਇਹ ਚੇਤੇ ਕਰਾਇਆ ਵੀ 18 ਦੇ ਵਿੱਚ ਉਹਨਾਂ ਨੇ ਇੱਕ ਹਾਊਸ ਦੇ ਵਿੱਚ ਮਤਾ ਪਾਇਆ ਸੀ ਵੀ ਨਵਾਂ ਸ਼ਹਿਰ ਦੇ ਜਿੰਨੇ ਰੋਡ ਆ ਮੈਂ ਇੱਕੋ ਜਿਹਾ ਬੋਰਡ, ਇੱਕੋ ਜਿਹੀ ਪੇਂਟ ਔਰ ਵਧੀਆ ਤਰੀਕੇ ਦੇ ਨਾਲ। ਕਿੱਥੇ ਲੈ ਕੇ ਜਾ ਰਹੇ ਹੋ ਸਾਨੂੰ? ਗੜ੍ਹ ਸ਼ੰਕਰ ਰੋਡ ਵੱਲ ਜਾ ਰਹੇ ਹਾਂ। ਗੜ੍ਹ ਸ਼ੰਕਰ ਰੋਡ ਜੀ ਤੁਸੀਂ ਦੱਸੋ ਕੀ? ਉਹ ਕਹਿੰਦੇ ਵੀ ਮੈਂ ਨਵਾਂ ਸ਼ਹਿਰ ਨੂੰ ਸੁੰਦਰੀਕਰਨ ਕਰਨਾ, ਦਰਬਾਰ ਸਾਹਿਬ ਦੀ ਜਿਹੜੀ ਤਰਜ਼ ਦੇ ਉੱਤੇ, ਠੀਕ ਹੈ ਜੀ, ਤੇ ਉਹ ਹਾਊਸ 'ਚ ਮਤਾ ਵੀ ਦੇ ਦਿੱਤਾ, ਉਹਦੇ ਖਰਚੇ ਦੀ ਵੀ ਮਨਜ਼ੂਰੀ ਦੇ ਦਿੱਤੀ। ਉਸ ਤੋਂ ਅੱਗੇ ਕੀ ਨਹੀਂ ਹੋਇਆ ਉਹ ਤਾਂ ਹੁਣ MLA ਸਾਹਿਬ ਦੱਸ ਸਕਦੇ ਆ ਕਿ ਹਾਊਸ ਦੇ ਵਿੱਚ ਮਤਾ ਪਿਆ ਆ, ਕਿਉਂਕਿ ਦੇਖੋ ਜਿਹੜੀ ਔਨ ਰਿਕਾਰਡ ਗੱਲ ਆ ਹਾਊਸ ਦੇ ਵਿੱਚ ਮਤਾ ਪਿਆ, ਜੇ ਉਹਨਾਂ ਨੇ ਮਨਜ਼ੂਰੀ ਦਿੱਤੀ ਆ, ਉਹਨਾਂ ਦੀ ਦਿਲੀ ਖਾਹਿਸ਼ ਸੀਗੀ, ਚੰਗੀ ਗੱਲ ਹੈ, ਅਸੀਂ ਤਾਂ ਸ਼ਲਾਘਾ ਕਰਦੇ ਹਾਂ। ਦੇਖੋ ਕੋਸ਼ਿਸ਼ ਤਾਂ ਹੈ ਨਾ, ਪਰ ਹੁਣ ਦੇਖੋ ਕੋਵਿਡ ਦਾ ਆ ਗਿਆ ਸਮਾਂ, ਪੰਜਾਬ ਸਰਕਾਰ ਇਹ ਕਹਿੰਦੀ ਸਾਡੇ ਤੋਂ ਪੈਸੇ ਨਹੀਂ, ਅਕਾਲੀ ਸਰਕਾਰ ਪਹਿਲੇ 2 ਲੱਖ ਕਰਜ਼ੇ ਥੱਲੇ ਛੱਡ ਗਈ, ਹੁਣ ਉਹ ਕਿੱਥੋਂ? ਸੁਪਨਾ ਤਾਂ ਬੰਦਾ ਲੈ ਸਕਦਾ ਨਾ। ਮੇਰੀ ਬੇਨਤੀ ਸੁਣੋ MLA ਸਾਹਿਬ ਨੇ, MLA ਸਾਹਿਬ ਨੇ ਘਰੋਂ ਪੈਸੇ ਥੋੜੇ ਲਾਣੇ ਆ ਜੀ। ਮੇਰੀ ਇੱਕ ਬੇਨਤੀ ਸੁਣੋ ਜੀ ਸੂਰੀ ਸਾਹਿਬ ਜੀ, ਫਿਰ ਆਪਾਂ ਕਹਿ ਦਿੰਦੇ ਸੁਪਨੇ ਤਾਂ ਬਹੁਤ ਸਾਰੇ ਆ ਜੀ, ਵੀ ਸੁਪਨੇ ਤਾਂ ਕਦੇ ਵੀ ਨਹੀਂ ਪੂਰੇ ਹੁੰਦੇ। ਫਿਰ ਜੇ ਦੇਖੋ ਮੇਰੀ ਬੇਨਤੀ ਸੁਣੋ, 18 ਆਪਾਂ ਇਸ ਵਕਤ ਗੜ੍ਹ ਸ਼ੰਕਰ ਰੋਡ ਦੇ ਉੱਤੇ ਆ ਜੀ, ਸਿਰਫ ਗੁਰਦੁਆਰਾ ਸਾਹਿਬ ਲਾਗੇ ਜਿਹੜੀਆਂ ਲਾਈਟ ਤੁਹਾਨੂੰ ਇੱਕ ਦੋ ਜਗਦੀਆਂ ਮਿਲਣੀਆਂ, ਉਹ ਵੀ ਗੁਰੂ ਘਰ ਵਾਲੇ ਨੇ ਆਪਣੇ ਪੱਧਰ ਦੇ ਜਿਹੜਾ ਆ ਕੌਂਸਲਰ ਵੱਲ ਜਾਂ ਮਿਊਂਸੀਪਲ ਨਹੀਂ 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 ਹੈ ਮਿਊਂਸੀਪਲ ਕਮੇਟੀ ਦੀਆਂ ਜੀ ਜੀ, ਉਹਦੀ ਉਹ ਜ਼ਰੂਰ ਜਗਦੀਆਂ। ਬਾਕੀ ਤੁਸੀਂ ਆ ਦੇਖੋ ਬਿਜਲੀ ਬੋਰਡ ਦੇ ਦਫ਼ਤਰ ਤੋਂ ਆਪਾਂ ਚੱਲੇ ਹੋ ਆ, ਇੱਥੇ ਤੁਹਾਨੂੰ ਕੋਈ ਲਾਈਟ ਜਗਦੀ ਨਹੀਂ। ਇੱਕ ਮੈਂ ਮੈਸੇਜ ਹੋਰ ਪੜ੍ਹਨਾ ਚਾਹੁੰਦਾ ਜੀ, ਲਵਲੀ ਗੌਤਮ ਨੇ, ਉਹ ਕਹਿੰਦੇ ਸਿਰਸਾ ਕਲੋਨੀ ਦੀਆਂ LED ਲਾਈਟਾਂ ਵੀ ਬੰਦ ਨੇ, 2 ਮਹੀਨੇ ਹੋ ਗਏ ਨੇ।
ਇਹਦਾ ਜਵਾਬ ਤਾਂ ਹੁਣ ਇਹ ਦੇ ਸਕਦੇ ਹਾਂ ਜੀ, ਮੇਰੀ ਇੱਕ ਬੇਨਤੀ ਸੁਣੋ, ਐਲ ਈ ਡੀ ਲਾਈਟ ਕੰਪਨੀ ਨੇ ਸਮਾਨ ਦੇ ਦਿੱਤਾ, 1000 ਪੁਆਇੰਟ ਲਾਤਾ, ਦੇਖੋ ਲਾਈਟ ਵੱਧ ਘੱਟ ਹੋ ਜਾਂਦੀ ਆ, ਉਹਨਾਂ ਦੀਆਂ ਚੋਕਾਂ ਉੱਡ ਗਈਆਂ, ਤੇ ਜਦੋਂ ਅਸੀਂ ਲਾਈਟਾਂ ਵਾਲਿਆਂ ਨੂੰ ਕਹਿੰਦੇ ਲਾਈਟਾਂ ਠੀਕ ਕਰੋ, ਉਹ ਕਹਿੰਦੇ ਜੀ ਸਾਡੇ ਕੋਲ ਮਟੀਰੀਅਲ ਹੈ ਨੀ ਗਾ, ਤੇ ਇਹ ਲਾਈਟਾਂ ਤਾਂ ਉੱਡ ਗਈਆਂ, ਇਹ ਤਾਂ ਕਵਾੜ ਬਣ ਗਈਆਂ ਜਿਹੜੀਆਂ ਲੱਗੀਆਂ। ਹਰਮਨ ਆਸ਼ੀਸ਼ ਅਰੋੜਾ ਵੀ ਕਹਿ ਰਹੇ ਨੇ ਕਿ ਰੈਜ਼ੀਡੈਂਸ਼ੀਅਲ ਏਰੀਆ ਜਿਹੜਾ ਟੀਚਰ ਕਲੋਨੀ ਉੱਥੇ ਵੀ ਸਟਰੀਟ ਲਾਈਟਾਂ ਨਹੀਂ ਨੇ। ਦੇਖੋ ਜੀ ਮੈਂ ਤਾਂ ਤੁਹਾਡੇ ਸਾਹਮਣੇ ਕਮੈਂਟਸ ਆ ਰਹੇ, ਮੈਂ ਤਾਂ ਗੱਲ ਕਰ ਰਿਹਾ ਵੀ ਲੋਕ ਦੁਖੀ ਬਹੁਤ ਆ ਲਾਈਟਾਂ ਤੋਂ, ਤੇ ਸਾਡੇ ਵਿਧਾਇਕ ਸਾਹਿਬ ਤੇ ਪੀਏ ਸਾਹਿਬ ਕਹਿ ਰਿਹਾ ਵੀ ਦਮਾ ਸ਼ਹਿਰ ਲਿਸ਼ਕ ਬਹੁਤ ਰਿਹਾ, ਇਹ ਤਾਂ ਲੋਕਾਂ ਦੇ ਜਵਾਬ ਉਹ ਦੇਣ। ਚਲੋ ਮੈਂ ਇੱਕ ਹੋਰ ਕਹਿ ਰਿਹਾ, ਮੰਨਾ ਅੰਮ੍ਰਿਤ ਢਾਬੇ ਵਾਲਾ ਕਹਿ ਰਿਹਾ, ਇਹ ਕਾਂਗਰਸੀ ਐਮਸੀ ਸਰਦਾਰ ਮਹਿੰਦਰ ਸਿੰਘ ਹੋਣਾ ਦੇ ਬੇਟੇ ਨੇ, ਬੜੇ ਸਤਿਕਾਰ ਯੋਗ ਆ, ਹੋ ਸਕਦਾ ਉਹਨਾਂ ਨੂੰ ਇਸ ਗੱਲ ਦਾ ਹੋਵੇ ਵੀ ਕਹਿੰਦੇ ਵਾਰਡ ਨੰਬਰ 15 ਵਿੱਚ ਲੱਗੀਆਂ, ਤੁਸੀਂ ਆ ਕੇ ਦੇਖ ਸਕਦੇ ਹੋ 15 ਉਹ ਤਾਂ। ਚਲੋ ਚਲੋ ਆਪਾਂ ਹੁਣ ਗੜਸ਼ਿੰਗ ਕਰੋੜ ਤੇ ਪਹਿਲੇ ਦੇਖ ਲੈਂਦੇ ਆ, ਦੇਖ ਲਓ ਤੁਸੀਂ ਲਾਈਟਾਂ ਗੜਸ਼ਿੰਗ ਕਰੋੜ, ਇਹ ਮੇਨ ਹਾਈਵੇ ਆ ਔਰ ਬਹੁਤ ਐਕਸੀਡੈਂਟ ਹੁੰਦੇ ਆ, ਤੁਸੀਂ ਸੂਰੀ ਸਾਹਿਬ ਆਪ ਦਿਖਾ ਦਿਓ ਆ ਲਾਈਟਾਂ ਤੁਹਾਡੇ ਸਾਹਮਣੇ ਆ ਨਾ ਜੀ, ਜੋ ਜੋ ਅਸਲੀਅਤ ਆ ਉਹਨੂੰ ਤਾਂ ਨਹੀਂ। ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਜੀ, ਮੈਂ ਤੁਹਾਡੀ ਲਾਈਟਾਂ ਦੀ ਗੱਲ ਤੇ ਫਿਰ ਆਉਣਾ, ਵਿੱਕੀ ਜੀ ਦਾ ਫਿਰ ਮੈਸੇਜ ਆ, ਜਿਹੜੇ ਪੀਏ ਨੇ ਉਹ ਕਹਿੰਦੇ ਨੇ ਅਕਾਲੀਆਂ ਦਾ ਕੁਝ ਨਹੀਂ ਹੋ ਸਕਦਾ, ਇਹਨਾਂ ਨੂੰ ਤਾਂ ਰਾਤ ਨੂੰ ਵੀ ਐਮਐਲਏ ਅੰਗਦ ਸਿੰਘ ਸੁਪਨੇ ਵਿੱਚ ਆਉਂਦੇ ਨੇ। ਦੇਖੋ ਮੇਰੀ ਗੱਲ ਸੁਣੋ, ਮੈਂ ਤਾਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਘੱਟੋ ਘੱਟ ਤੁਸੀਂ ਕਹਿੰਦੇ ਜੀ ਮੈਂ ਨਵਾਂ ਸ਼ਹਿਰ ਦੇ ਵਿੱਚ ਘੁੰਮਦਾ, ਅੰਗਦ ਜੀ ਤਾਂ ਸਾਡੇ ਐਮਐਲਏ, ਸਾਨੂੰ ਤਾਂ ਚੇਤੇ ਆਉਂਦੇ ਰਹਿਣੇ ਆ, ਸ਼ਾਇਦ ਖਾਲਸਾ ਜੀ ਵੀ ਉਹਨਾਂ ਨੂੰ ਰਾਤ ਵੇਲੇ ਚੇਤੇ ਆਉਂਦੇ ਹੋਣੇ ਆ, ਮੈਂ ਤਾਂ ਇਹ ਪੁੱਛਦਾ ਬਈ ਆਹ ਲਾਈਟਾਂ ਬੰਦ ਪਈਆਂ, ਵਿੱਕੀ ਜੀ ਇਹ ਲਾਈਟਾਂ ਠੀਕ ਕਰਾ ਦਿਓ, ਸਾਡਾ ਕਿਹੜਾ ਕੋਈ ਇਸ਼ੂ ਆ ਤੁਹਾਡੇ ਨਾਲ, ਕੈਮਰਾਮੈਨ ਜੀ ਉੱਧਰ ਦਿਖਾਓ ਜਿੱਧਰ ਜਿੱਧਰ ਕੋਈ ਲਾਈਟ ਨਹੀਂ ਆ, ਪਰ ਖਾਲਸਾ ਜੀ ਆਹ ਦੇਖੋ ਇੱਕ ਆਹ ਲਾਈਟ ਜਗ ਰਹੀ ਆ, ਮੈਂ ਦਾਦਾ ਜੀ ਜਿਹੜੀ ਆ ਮੱਲਿਆਂ ਨੂੰ ਅੰਦਰ ਨੂੰ ਜਾਂਦੀ ਹੈ ਜਗਦੀ, ਮੇਨ ਹਾਈਵੇ ਦੀ ਗੱਲ ਕਰ ਰਹੇ, ਮੇਨ ਹਾਈਵੇ ਤਾਂ ਉਹ ਮੱਲੇ ਨੂੰ ਜਗਦੀਆਂ ਲਾਈਟਾਂ, ਠੀਕ ਹੈ ਉਹਨੇ ਚ ਵੀ ਹਾਈਵੇ ਮੈਂ ਗੱਲ ਕਰ ਰਿਹਾ, ਮੇਨ ਹਾਈਵੇ ਦੀ ਜਿੱਥੇ ਸ਼ਹਿਰ ਦੀ ਦਿੱਖ ਦਿਸਣੀ ਆ, ਸ਼ਹਿਰ ਦੀ ਐਂਟਰੀ ਪੁਆਇੰਟ ਆ, ਹਨੇਰੇ ਵਾਲਾ ਸ਼ਹਿਰ ਉਸ ਦਿਨ ਮੈਂ ਕਿਉਂ ਕਿਹਾ ਇੱਥੇ ਹੈ ਹੀ ਹਨੇਰਾ ਤਾਂ ਨਵਾਂ ਸ਼ਹਿਰ ਇਹਨੂੰ ਕੌਣ ਕਹੂੰਗਾ। ਦੂਸਰੀ ਗੱਲ ਕਰ ਰਹੇ ਸੀਗੇ ਵਿੱਕੀ ਜੀ ਵੀ ਵਿਧਾਇਕ ਸਾਹਿਬ ਵੀ ਉਹਨਾਂ ਨੂੰ ਚੇਤੇ ਆਉਂਦੇ ਆ, ਸਾਨੂੰ ਵਿਧਾਇਕ ਸਾਹਿਬ ਹਮੇਸ਼ਾ ਚੇਤੇ ਆਉਂਦੇ ਆ, ਮੈਂ ਤਾਂ ਉਹਨਾਂ ਨੂੰ ਕਹੂੰਗਾ ਵਿੱਕੀ ਜੀ ਨੂੰ ਬਈ ਤੁਸੀਂ ਆਪ ਵਿਜ਼ਿਟ ਕਰਕੇ ਦੇਖ ਲਿਓ, ਸਾਡਾ ਕੋਈ ਜਾਤੀ ਇਸ਼ੂ ਨਹੀਂ ਹੈਗਾ ਲਾਈਟਾਂ ਦਾ, ਅਸੀਂ ਤਾਂ ਇੱਕ ਰਿਕੁਐਸਟ ਕਰਦੇ ਹਾਂ ਵੀ ਤੁਸੀਂ ਇਹ ਲਾਈਟਾਂ ਠੀਕ ਕਰਾ ਦਿਓ, ਮੈਂ ਕੋਈ ਰਣ ਨਹੀਂ ਜਿੱਤਣਾ ਲਾਈਟਾਂ ਦਿਖਾ ਕੇ, ਮੈਂ ਤਾਂ ਲੋਕਾਂ ਦੀ ਆਵਾਜ਼। ਪਰ ਖਾਲਸਾ ਜੀ ਇੱਕ ਗੱਲ ਤੇ ਤੁਹਾਨੂੰ ਟੋਕਦਾ, 2022 ਨਜ਼ਰ ਸਾਰਿਆਂ ਨੂੰ ਆ ਰਹੀ ਹੈ, ਚਾਹੇ ਉਹ ਅਕਾਲੀ ਨੇ ਚਾਹੇ ਕਾਂਗਰਸੀ ਨੇ ਚਾਹੇ ਆਮ ਆਦਮੀ ਪਾਰਟੀ ਆ, 2022 ਸਾਰਿਆਂ ਨੂੰ ਐਂ ਲੱਗਦੀ ਕਿ ਸੁੱਤੇ ਪੈ ਨੂੰ ਜਗਾਰੀ ਕਿ ਉੱਠ ਪੁੱਤ 2022 ਆ ਗਈ ਆ। ਮੇਰੀ ਇੱਕ ਬੇਨਤੀ ਸੁਣੋ ਜੀ, ਜੀ 22 ਦਾ ਇਲੈਕਸ਼ਨ ਦਾ ਬਹੁਤ ਸਮਾਂ ਆ, ਲੋਕਾਂ ਨੂੰ ਲਾਈਟਾਂ ਦੀ ਲੋੜ ਅੱਜ ਆ, 22 ਦੇ ਵਿੱਚ ਤਾਂ 22 ਦੀ ਗੱਲ ਰਹਿ ਗਈ, ਗੱਲ ਤਾਂ ਦੇਖੋ ਅੱਜ ਲੋੜ ਆ, ਸਿਆਲ ਸ਼ੁਰੂ ਹੋਣ ਵਾਲੇ ਆ, ਜਿਹੜੇ ਗੰਨੇ ਦੀਆਂ ਟਰੈਕਟਰ ਆ ਤੁਸੀਂ ਲਾਈਟਾਂ ਦੇਖ ਸਕਦੇ ਆ, ਗੜਸ਼ਿੰਗ ਰੋਡ ਮੇਨ ਹਾਈਵੇ ਤੇ ਚੱਲ ਰਹੇ ਆ ਜੀ, ਇੱਥੇ ਤੁਸੀਂ ਲਾਈਟ ਬੰਦ ਕਰੋ ਜੀ, ਸੜਕ ਪਾਰ ਕਰਨ ਤੋਂ ਬੰਦ ਦੇਖ ਰਹੇ ਹੋ ਜੀ, ਤੁਸੀਂ ਲਾਈਟ ਹੁਣ ਬੰਦ ਆ ਜੀ ਗੱਡੀ ਦੀ ਤੇ ਤੁਸੀਂ ਲਾਈਟ ਜਗਾ ਦੋ, ਔਰ ਸਾਈਕਲ ਵਾਲਾ ਇੱਥੇ ਕਿੱਦਾਂ ਜਿਹੜਾ ਆ ਟਰੈਵਲ ਕਰਕੇ ਜਾਊਗਾ, ਬੰਦ ਕਰਿਓ ਕੁਝ ਸਰ, ਸੜਕ ਕ੍ਰੋਸ ਕਰਦਾ ਬੰਦਾ ਨਹੀਂ ਦਿਖਦਾ ਇੱਥੇ ਜੀ, ਸਾਡੇ ਨਾਲ ਡਰਾਈਵਰ ਵੀ ਜੀ ਨੇ, ਆਪਾਂ ਇਹਨਾਂ ਦਾ ਵਿਊ ਲੈਣੇ, ਕੀ ਕਹਿ ਰਹੇ ਹੋ ਡਰਾਈਵਰ ਸਾਹਿਬ, ਸੜਕ ਕੋਈ ਬੰਦਾ ਬੱਚਾ ਹੈ, ਸੜਕ ਬੰਦਾ ਕ੍ਰੋਸ ਕਰਦਾ ਦਿਖਦਾ ਨਹੀਂ ਸਾਨੂੰ, ਜਦੋਂ ਕਹਿੰਦੇ ਸੜਕ ਤੇ ਕੋਈ ਬੱਚਾ ਜਾਂ ਕੋਈ ਬਜ਼ੁਰਗ ਕ੍ਰੋਸ ਕਰੇਗਾ ਸਾਨੂੰ ਕਿਵੇਂ ਨਜ਼ਰ ਆਏਗਾ। ਮੈਂ ਐਮਐਲਏ ਦੇ ਪੀਏ ਸਾਹਿਬ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਡਰਾਈਵਰ ਤੌਰ ਤੇ, ਕਿ ਇੱਥੇ ਗੱਲ ਹਾਈਵੇ ਦੀ ਚੱਲ ਰਹੀ ਹੈ, ਬਾੜ ਕੱਲਾ ਪਰਮ ਦਾ ਨਹੀਂ ਚਮਕਦਾ, ਬਾੜ ਕੌਂਸਲਰ ਕਾਂਗਰਸੀਆਂ ਦੇ ਵੀ ਚਮਕਦੇ ਆ, ਬਾੜ ਸਾਰਿਆਂ ਦੇ ਚਮਕਦੇ, 19 ਬਾੜ ਨੇ ਸਾਰੇ ਚਮਕਦੇ ਨੇ, ਕਿਸੇ ਦੀ ਦੁੱਖ ਨਾਲ 2 ਲੱਟਾਂ ਬੰਦ ਹੋਣਗੇ ਵੱਖਰੀ ਗੱਲ ਆ, ਇੱਥੇ ਹਾਈਵੇ ਦੀ ਗੱਲ ਕਰੋ ਜੋ ਪਲੈਨ ਦੇਖਦੇ ਆ, ਅਸੀਂ ਬਾੜ ਦੀ ਗੱਲ ਨਹੀਂ ਕੀਤੀ ਕਿਸੇ ਦੀ, ਡਰਾਈਵਰ ਸਾਹਿਬ ਇਹ ਕਹਿ ਰਹੇ ਨੇ ਅਸੀਂ ਬਾੜ ਦੀ ਗੱਲ ਨਹੀਂ ਕੀਤੀ, ਇੱਥੇ ਹਾਈਵੇ ਦੀ ਗੱਲ ਹੋ ਰਹੀ ਆ ਔਰ ਹਾਈਵੇ ਤੇ ਕੋਈ ਲਾਈਟ ਨਹੀਂ ਆ, ਬੰਦ ਕਰੋ ਲਾਈਟ। ਚਲੋ ਪਰ ਤੁਹਾਡੀ ਗੱਲ ਨੂੰ ਅਸੀਂ ਮੰਨ ਨਹੀਂ ਸਕਦੇ ਕਿਉਂਕਿ ਤੁਸੀਂ ਖਾਲਸਾ ਜੀ ਦੇ ਨਾਲ ਆਏ ਹੋ, ਤਾਂ ਇਹ ਵਿਅਕਤੀਗਤ ਤੌਰ ਤੇ ਸ਼ਹਿਰ ਵਾਸੀ ਦਾ ਹੈਗਾ ਜੀ। ਹਾਂ ਚਲੋ ਸ਼ਹਿਰ ਵਾਸੀ ਦੇ ਨਾਂ ਤੇ ਤੁਹਾਡੀ ਗੱਲ ਹੋ ਸਕਦੀ ਹੈ। ਤੁਹਾਡਾ ਨਾਮ ਕੀ ਹੈ? ਮੇਰਾ ਪਰਮਜੀਤ ਹੈ ਜੀ। ਪਰਮਜੀਤ ਜੀ ਨੇ ਪਰਮ ਸਿੰਘ ਖਾਲਸਾ ਜੀ ਦੇ ਹਾਂ ਦਾ ਨਾਰਾ ਮਾਰਿਆ ਨਾਲ ਕੇ ਜੀ। ਮੇਰੀ ਬੇਨਤੀ ਸੁਣੋ ਜੀ, ਨਾਰੇ ਦੀ ਗੱਲ ਨਹੀਂ, ਮੈਂ ਪਹਿਲੀ ਗੱਲ ਬੇਨਤੀ ਕੀਤੀ ਆ, ਮਹੱਲਿਆਂ ਦੇ ਅੰਦਰ ਬਹੁਤ ਸਾਰੀਆਂ ਲਾਈਟਾਂ ਜਗਦੀਆਂ ਬੰਦ ਵੀ ਆ, ਇੱਥੋਂ ਵਾਪਸ ਲੈ ਲਿਓ, ਇਹ ਧੁਰ ਆਪਣਾ ਮਹਿੰਦੀਪੁਰ ਤੱਕ ਲਾਈਟਾਂ ਲੱਗੀਆਂ ਜੀ, ਔਰ ਇੱਕ ਵੀ ਲਾਈਟ ਨਹੀਂ ਜਗਦੀ ਮਹਿੰਦੀਪੁਰ ਤੱਕ ਜਿੱਥੇ ਤੱਕ ਨਗਰ ਕੌਂਸਲ ਨੇ ਲਾਈਟਾਂ ਲਾਈਆਂ ਆ ਜੀ। ਮੇਰਾ ਤਾਂ ਇੱਕੋ ਹੀ ਕੁਐਸਚਨ ਆ ਵੀ ਕਿਰਪਾ ਕਰਕੇ ਐਲ ਈ ਡੀ ਲਾਈਟਾਂ ਦਾ ਡ੍ਰੀਮ ਪ੍ਰੋਜੈਕਟ ਤਾਂ ਪਤਾ ਨਹੀਂ ਕਦੋਂ ਆਉਣਾ, ਉਹਨੂੰ 6 ਮਹੀਨੇ ਹੋਰ ਵੀ ਲੱਗ ਸਕਦੇ ਆ, ਤੇ ਜਿਹੜੀਆਂ ਲਾਈਟਾਂ ਲੱਗੀਆਂ ਆ ਘੱਟੋ ਘੱਟ ਇਹਨਾਂ ਦੀ ਮੇਨਟੇਨੈਂਸ ਤਾਂ ਤੁਸੀਂ ਕਰਾ ਸਕਦੇ ਆ ਨਾ, ਥੋੜੇ ਥੋੜੇ ਪੈਸੇ ਲੱਗਣੇ ਆ, ਸਰਕਾਰ ਉਹਨਾਂ ਦੀ, ਐਡਮਿਨਿਸਟ੍ਰੇਟਰ ਉਹਨਾਂ ਦਾ, ਅਸੀਂ ਕੋਈ ਇਸ਼ੂ ਨਹੀਂ ਹੈਗਾ, ਅਸੀਂ ਤਾਂ ਕਹਿੰਦੇ ਲਾਈਟਾਂ ਠੀਕ ਕਰਾ ਦਿਓ, ਲੋਕਾਂ ਦਾ ਇਸ਼ੂ ਜੇ ਸਾਡੇ ਧਿਆਨ 'ਚ ਆਇਆ। ਖਾਲਸਾ ਜੀ ਸ਼ਾਇਦ ਮੈਂ ਇੱਕ ਤੁਹਾਨੂੰ ਟੋਕਦਾ, ਹੋ ਸਕਦਾ ਕਿ ਕੋਵਿਡ ਕਰਕੇ ਥੋੜਾ ਡਿਲੇ ਹੋ ਗਿਆ ਵੀ, ਕਿਉਂਕਿ ਐਮਐਲਏ ਸਾਹਿਬ ਵੀ ਸਿਆਣੇ ਨੇ, ਉਹਨਾਂ ਨੂੰ ਪਤਾ ਹੈ, ਬੜੇ ਵਾਈਸ ਨੇ, ਬੜੇ ਵਿਜ਼ਡਮ ਉਹਨਾਂ ਕੋਲ ਹੈਗਾ ਆ, ਹੋ ਸਕਦਾ ਜਿਹੜਾ ਕੋਰੋਨਾ ਕਰਕੇ ਥੋੜਾ ਡਿਲੇ ਹੋ ਗਿਆ। ਮੇਰੀ ਇੱਕ ਬੇਨਤੀ ਸੁਣੋ,
पता है वह एम एल ए ने किसी अपनी उपलब्धि करके ही बने ने, उन्होंने पता है कि मैं अपने शहर अगर एल ई डी लाइट का प्रोमिस किया ड्रीम प्रोजेक्ट है तो उन्होंने लेके आना ही है ना। वो मेरी बेनती सुनो, मैं पहला ही सवाल ਤੁਹਾਨੂੰ ਜਵਾਬ ਦੇ ਚੁੱਕਾ ਵੀ ਐਲ ਈ ਡੀ ਲਾਈਟ ਤਾਂ ਠੀਕ ਆ, ਉਹ 2 ਮਹੀਨੇ ਵੀ ਲੱਗ ਸਕਦੇ ਹਜੇ ਲੱਗਣ ਨੂੰ, 3 ਮਹੀਨੇ ਵੀ ਲੱਗ ਸਕਦੇ ਆ, ਪਰ ਜੇ ਠੀਕ ਰਹੇ ਜਿਹੜੀਆਂ ਲਾਈਟਾਂ ਕੋਵਿਡ ਕਰਕੇ ਵੀ ਹੋ ਸਕਦਾ ਨਾ। ਕੋਵਿਡ ਕਰਕੇ ਮੱਲਿਆਂ ਦੇ ਵਿੱਚ ਵੀ ਉਹ ਲਾਈਟਾਂ ਠੀਕ ਕਰਨ ਜਾਂਦੇ ਆ ਰੋਜ਼ ਮੁਲਾਜ਼ਮ, ਕਿਆ ਉਹ ਹਾਈਵੇ ਦੀਆਂ ਲਾਈਟਾਂ ਨਹੀਂ ਠੀਕ ਕਰ ਸਕਦੇ? ਪਰ ਲੋਕ ਇਹ ਕਹਿ ਰਹੇ ਨੇ ਕਿ ਤੁਸੀਂ ਐਮ ਐਲ ਏ ਸਾਹਿਬ ਦੇ ਬਾਕੀ 10 ਕੰਮ ਕੀਤੇ ਨਹੀਂ ਦੇਖ ਰਹੇ, ਜੇ ਇੱਕ ਚ ਥੋੜਾ ਡਿਲੇ ਹੋ ਗਿਆ ਤੁਸੀਂ ਉਹ ਚੀਜ਼ ਨੂੰ ਫੜ ਕੇ ਉਹਨੂੰ ਜਾਣ ਕੇ ਪ੍ਰੋਪਾਗੈਂਡਾ ਬਣਾ ਰਹੇ ਹੋ। ਮੇਰੀ ਗੱਲ ਸੁਣੋ, ਦੇਖੋ ਜਿਹੜਾ ਜਿਹੜਾ ਜਿਹੜੀ ਚੀਜ਼ ਸਾਹਮਣੇ ਨਜ਼ਰ ਆ ਰਹੀ ਆ ਉਹ ਆਪਾਂ ਚੀਜ਼ ਫੜ ਨਹੀਂ ਰਹੇ। ਹੁਣ ਤੁਸੀਂ ਗੱਲ ਕਰ ਰਹੇ ਆ ਸਲੋ ਰੋਡ ਦੀ, ਅੱਜ ਸੜਕ ਬਣੀ, ਸਲੋ ਰੋਡ ਦੀ ਸੜਕ ਬਣੀ, ਉਹ ਸੜਕ ਨਵੀਂ ਬਣੀ ਸੀ ਪੱਟੀ ਕਾਹਦੇ ਲਈ? ਸੀਵਰੇਜ ਪਾਉਣ ਲਈ। ਸੀਵਰੇਜ ਵੀ ਤਾਂ ਪਾਉਣਾ, ਸੀਵਰੇਜ ਪਾਉਣਾ ਜ਼ਰੂਰੀ ਸੀਗਾ, ਨਵੀਂ ਸੜਕ ਪੱਟ ਦਿੱਤੀ ਤੇ ਸੀਵਰੇਜ ਬੋਰਡ ਨੇ 11 ਲੱਖ ਰੁਪਿਆ, ਠੀਕ ਹੈ ਠੀਕ ਹੈ, 11 ਲੱਖ ਰੁਪਿਆ ਸੀਵਰੇਜ ਬੋਰਡ ਨੇ 1 ਸਾਲ ਪਹਿਲਾਂ ਜਿਹੜਾ ਆ ਉਹ ਮੰਡੀ ਬੋਰਡ ਨੂੰ ਜਮ੍ਹਾਂ ਕਰਾਤਾ ਤੇ ਅੱਜ ਸਾਲ ਬਾਅਦ ਸੜਕ ਬਣੀ ਆ, ਉਹ ਵੀ ਰੌਲਾ ਰੱਪਾ ਪਾਉਣ ਤੋਂ ਬਾਅਦ। ਜੇ ਉਹ ਸੜਕ ਪਹਿਲਾਂ ਹੀ ਬਣ ਜਾਂਦੀ ਤਾਂ ਚੰਗੀ ਗੱਲ ਹੁੰਦੀ, ਅਸੀਂ ਵੀ ਉਹਦੇ ਤੇ ਵੀਡੀਓ ਬਣਾਈਆਂ। ਪਰ ਚਲੋ ਉੱਥੇ ਦਿੱਕਤ ਬਹੁਤ ਸੀ ਆਮ ਪਬਲਿਕ ਨੂੰ, ਜਿਵੇਂ ਰਾਧਾ ਸਵਾਮੀ ਡੇਰੇ ਤੇ ਲੋਕੀ ਸੰਡੇ ਦੀ ਸੰਡੇ ਪਹਿਲਾਂ ਜਾਂਦੇ ਸੀ ਕੋਵਿਡ ਤੋਂ ਪਹਿਲਾਂ, ਉਹਨਾਂ ਨੂੰ ਵੀ ਕਿਹਾ ਸੀ ਬੜੀਆਂ ਦਿੱਕਤਾਂ ਨੇ। ਸੋ ਖਾਲਸਾ ਜੀ ਮੈਨੂੰ ਲੱਗਦਾ ਆਪਾਂ ਵੀਡੀਓ ਨੂੰ ਹੁਣ ਰੈਪ ਅਪ ਕਰ ਦਈਏ। ਮੈਂ ਸਿਰਫ ਇੱਕ ਸਿਰਫ ਗੱਲ ਕਰਨੀ ਚਾਹੁੰਦਾ ਜੀ, ਜਿਹੜੀ ਗੱਲ ਕਰਦੇ ਆ ਉਪਲਬਧੀਆਂ ਦੀ, ਜਿਹੜਾ ਤਾਂ ਆ ਸੜਕ ਦੀ ਗੱਲ ਕਰਦੇ ਸੀ, 19.5 ਕਰੋੜ ਰੁਪਏ ਦਾ ਪ੍ਰੋਜੈਕਟ ਸੀ ਅਲਾ ਚੌਰ ਤੋਂ ਲੈ ਕੇ ਜਿਹੜਾ ਦਰਿਆ ਤੱਕ ਜੀ, ਤੇ ਅੱਜ ਉਹ ਆਪਣੀ ਉਪਲਬਧੀ ਗਿਣਾ ਰਹੇ ਆ। ਮੈਂ ਉਹਨਾਂ ਨੂੰ ਇੱਕ ਮੇਰੀ ਬੇਨਤੀ ਸੁਣੋ ਜੀ, ਮੈਂ ਤਾਂ ਇਹ ਕਹਿਣਾ ਵੀ ਇਹ ਪ੍ਰੋਜੈਕਟ ਅਕਾਲੀ ਦਲ ਲੈ ਕੇ ਆਇਆ ਸੀ, ਉਸ ਸਮੇਂ 'ਚ ਸ਼ੁਰੂ ਹੋਇਆ ਸੀਗਾ ਤੇ ਅੱਜ ਠੀਕ ਹੈ ਤੁਹਾਡੇ ਸਮੇਂ ਦੇ ਵਿੱਚ ਬਣ ਗਿਆ, ਚੰਗੀ ਗੱਲ ਆ। ਲੇਕਿਨ ਘੱਟੋ ਘੱਟ ਇਹ ਗੱਲ ਨਾ ਕਹੋ ਵੀ ਮੈਂ ਲੈ ਕੇ ਆਇਆ ਜਿਹੜਾ ਪ੍ਰੋਜੈਕਟ। ਦੇਖੋ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ, ਉਸ ਕੰਪਨੀ ਨੇ ਕਿਹਾ ਵੀ ਇੱਥੇ ਦੀ ਮਿੱਟੀ ਬਹੁਤ ਮਾੜੀ ਆ, ਪਹਿਲਾਂ ਸਾਰੀ ਸੜਕ ਦੁਬਾਰਾ ਪੱਟਣੀ ਪੈਣੀ ਆ। ਤੁਸੀਂ ਨਾ ਕੋਈ ਮੰਨਾ ਅਮਰੇ ਢਾਬੇ ਵਾਲਿਆਂ ਦਾ ਮੈਸੇਜ ਤੁਸੀਂ ਪੜ੍ਹ ਲਓ, ਮੈਂ ਨਹੀਂ ਪੜ੍ਹਨਾ ਕਿਉਂਕਿ ਫਿਰ ਕਈਆਂ ਨੂੰ ਇਹ ਲੱਗਦਾ ਕਿ ਕੋਈ ਨਿੱਜੀ ਤੌਰ ਤੇ ਗੱਲ ਕਰਦਾ। ਤੁਸੀਂ ਪੜ੍ਹ ਕੇ ਤਾਂ ਜਵਾਬ ਦੇ ਦਿਓ ਜੀ, ਉਹ ਕਹਿੰਦੇ ਸੂਰੀ ਸਾਹਿਬ ਇਹ ਵੀ ਜ਼ਰੂਰ ਪੁੱਛ ਲਓ, ਇਹ ਤੁਸੀਂ ਪੜ੍ਹ ਲਓ, ਉਹਨਾਂ ਨੇ ਉੱਪਰ ਨਾਮ ਲਿਖਿਆ ਪ੍ਰਧਾਨ ਜੀ ਦਾ ਜੀ। ਮੇਰੀ ਬੇਨਤੀ ਸੁਣੋ, ਮੈਂ ਪਹਿਲਾਂ ਕਿਹਾ ਵੀ ਇਹ ਵਿਚਾਰਾ ਵੀਰ ਮੇਰਾ ਕਾਂਗਰਸੀ ਆ ਤੇ ਸ਼ਾਇਦ ਉਹਨੂੰ ਜਿਹੜੀ ਗੱਲ ਸੱਚ ਦੀ ਆ ਉਹਨੂੰ ਚੁੱਭਦੀ ਹੋਊਗੀ। ਠੀਕ ਆ, ਹਰੇਕ ਨੂੰ ਆਪਣੇ ਪਾਰਟੀ ਦੀ ਤਰਫਦਾਰੀ ਕਰਨ ਦਾ ਹੱਕ ਆ, ਉਹ ਵੀਰ ਆਪਣੇ ਪਾਰਟੀ ਦੀ ਤਰਫਦਾਰੀ ਕਰ ਰਿਹਾ, ਮੈਂ ਚੰਗੀ ਗੱਲ ਆ। ਮੈਂ ਇੱਕ ਗੱਲ ਹੋਰ ਕਰਦਾ ਜੀ, ਐਮ ਐਲ ਏ ਸਾਹਿਬ ਦੀ ਗੱਲ ਚੱਲ ਰਹੀ ਸੀ ਮੇਰੀ, ਉਹਨਾਂ ਦਾ ਇੰਟਰਵਿਊ ਹੋਈ ਸੀ, ਉਹ ਕਹਿੰਦੇ ਕਿ ਕੰਮ ਇਸ ਤਰੀਕੇ ਨਹੀਂ ਹੁੰਦੇ, ਜੁੱਤੀ ਘਸਾਉਣੀ ਵੀ ਪੈਂਦੀ ਆ, ਜੁੱਤੀ ਫਸਾਉਣੀ ਵੀ ਪੈਂਦੀ ਆ, ਉਹ ਨਵੇਂ ਸ਼ਹਿਰ ਲਈ ਬਹੁਤ ਗਰਾਂਟਾਂ ਤਾਂ ਲੈ ਕੇ ਆਏ ਨੇ ਜੀ, ਯੂਥ ਲਈ ਸੋਚ ਤਾਂ ਰਹੇ ਨੇ। ਮੇਰੀ ਬੇਨਤੀ ਸੁਣੋ, ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਉਸ ਟਾਈਮ ਵੀ ਕਰੋੜਾਂ ਰੁਪਏ ਦੀਆਂ ਗਰਾਂਟਾਂ ਆਈਆਂ, ਔਨ ਰਿਕਾਰਡ ਆ, ਜਾ ਕੇ ਦੇਖੋ ਤੁਸੀਂ। ਇਹ ਲਾਈਟਾਂ ਦਾ ਰੌਲਾ ਹੈ ਕਿ ਕਾਂਗਰਸੀ ਅਕਾਲੀਆਂ ਦਾ ਰੌਲਾ? ਮੇਰੀ ਬੇਨਤੀ ਸੁਣੋ, ਮੈਂ ਇੱਕੋ ਗੱਲ ਕਰਨਾ, ਮੁੱਦਾ ਲਾਈਟਾਂ ਦਾ ਸੀ ਪਰ ਮੁੱਦਾ ਅਕਾਲੀ ਕਾਂਗਰਸੀ ਦਾ ਹੋ ਗਿਆ। ਦੇਖੋ ਮੈਂ ਕਾਂਗਰਸ ਅਕਾਲੀ ਨਹੀਂ ਇਹਨੂੰ ਬਣਾਉਣਾ ਚਾਹੁੰਦਾ, ਮੈਂ ਤਾਂ ਇੱਕੋ ਬੇਨਤੀ ਕਰਦਾ ਵੀ ਆਹ ਲਾਈਟਾਂ ਬੰਦ ਆ, ਠੀਕ ਕਰਾ ਦਿਓ ਮੁੱਦੇ ਦਾ ਸਾਰੀ। ਦੇਖੋ ਜਦ ਤੱਕ ਰਾਜਨੀਤੀ ਆ ਮੁੱਦੇ ਤੇ ਚੱਲੇ ਜਾਣਾ, ਮੈਂ ਤਾਂ ਜੀ ਦੇਖੋ ਮੇਰੀ ਬੇਨਤੀ ਸੁਣੋ, ਐਮ ਐਲ ਏ ਸਾਹਿਬ ਨੂੰ ਕਿਉਂ ਕਹੂੰਗਾ? ਮੈਂ ਨਗਰ ਕੌਂਸਲ ਦਾ ਸਾਬਕਾ ਪਾਰਸ਼ਦ ਆ, ਮੈਂ ਉਹਨਾਂ ਦੇ ਰਜਿਸਟਰ 'ਚ ਲੈ ਕੇ ਆਇਆ ਕੰਪਲੇਂਟ, ਮੈਂ ਇੱਕ ਆਮ ਨਾਗਰਿਕ ਹੋਣ ਕਰਕੇ ਲੈ ਕੇ ਆਇਆ, ਉਹ ਜਾ ਕੇ ਪੜ੍ਹ ਲੈ। ਹੁਣ ਇੱਕ ਆਮ ਨਾਗਰਿਕ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਇੱਕ ਤਰੀਕਾ, ਇੱਕ ਵੇ, ਇਹਨਾਂ ਕੋਰਸ ਆਫ ਐਕਸ਼ਨ ਪੁੱਛਣਾ ਚਾਹੁੰਦਾ। ਇੱਕ ਆਮ ਨਾਗਰਿਕ ਅਗਰ ਚਾਹੇ ਕਿ ਲਾਈਟਾਂ ਚੱਲਣੀਆਂ ਚਾਹੀਦੀਆਂ ਨੇ ਤਾਂ ਉਹਦਾ ਪ੍ਰੋਸੈਸ ਕੀ ਆ, ਉਹਨੂੰ ਕਿਹਨੂੰ ਜਾ ਕੇ ਮਿਲਣਾ ਚਾਹੀਦਾ? ਦੇਖੋ ਜਿੱਥੇ ਟਰੱਕ ਯੂਨੀਅਨ ਆ ਉਹਦੇ ਸਾਹਮਣੇ ਇਹਨਾਂ ਨੇ ਕੰਪਲੇਂਟ ਆਫਿਸ ਬਣਾਏ ਆ ਜੀ, ਤੇ ਤੁਸੀਂ ਲੋਕਾਂ ਨੂੰ ਜਾ ਕੇ ਪੁੱਛ ਲਓ ਵੀ ਉੱਥੇ ਕੰਪਲੇਂਟ ਲਿਖਾਉਣੀ ਪੈਂਦੀ ਆ। ਮੈਂ ਤਾਂ ਇਹ ਗੱਲ ਕਹਿੰਦਾ ਵੀ 1 ਮਹੀਨਾ ਤਾਂ ਮੈਂ ਹੀ ਇਹ ਲਾਈਟਾਂ ਲਿਖਾਈਆਂ ਨੂੰ ਹੋ ਗਿਆ, ਜਿਹਦੇ ਤੱਕ ਹਜੇ ਤੱਕ ਬੂਰ ਨਹੀਂ ਪਿਆ, ਤੇ ਆਸ ਆ ਸ਼ਾਇਦ ਅੱਜ ਤੋਂ ਬਾਅਦ ਬੂਰ ਪੈ ਜਾਊ ਜੀ। ਚਲੋ ਦੋਸਤੋ, ਤੁਹਾਨੂੰ ਅੱਜ ਦੀ ਇਹ ਗੱਲਬਾਤ ਕਿਵੇਂ ਲੱਗੀ? ਤੁਸੀਂ ਆਪਣੇ ਕਮੈਂਟ ਦੇ ਰਹੇ ਹੋ ਔਰ ਤੁਹਾਡਾ ਬਹੁਤ ਸ਼ੁਕਰੀਆ ਕਿ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਰਹੇ ਹੋ। ਹਾਲਾਂਕਿ ਮੈਂ ਪਹਿਲੇ ਕਿਹਾ ਸੀ ਇੱਥੇ ਕੋਈ ਕਿਸੇ ਦੀ ਪਰਸਨਲ ਰੰਜਿਸ਼ ਨਹੀਂ ਆ, ਲੇਕਿਨ ਕਿਤੇ ਨਾ ਕਿਤੇ ਅਕਾਲੀ ਕਾਂਗਰਸੀ ਹੋਣਾ ਸ਼ੁਰੂ ਹੋ ਗਿਆ ਸੀ। ਖੈਰ ਮੈਂ ਇਹ ਵੀ ਜ਼ਰੂਰ ਮੰਨਦਾ ਇਸ ਗੱਲ ਨੂੰ, ਅਸੀਂ ਵੀ ਐਡਮਿਟ ਕਰਦੇ ਕਿ ਐਮ ਐਲ ਏ ਸਾਹਿਬ ਨੇ ਬਹੁਤ ਕੰਮ ਕਰਾਏ ਨੇ, ਪਰ ਇਹ ਕੰਮ ਵੀ ਬਹੁਤ ਜ਼ਰੂਰੀ ਆ ਕਿਉਂਕਿ ਤੁਸੀਂ ਰਾਹੋਂ ਰੋਡ ਔਰ ਬੰਗਾ ਰੋਡ, ਗੜਸ਼ੰਕਰ ਰੋਡ ਦੇ ਨਜ਼ਾਰੇ ਦੇਖ ਚੁੱਕੇ ਹਾਂ ਕਿ ਲਾਈਟਾਂ ਤੋਂ ਬਿਨਾਂ ਕਿਵੇਂ ਸੁਨਸਾਨ ਹੈ, ਧੁੱਪ ਹਨੇਰਾ ਹੈ, ਇਹ ਬਹੁਤ ਮੌਕੇ ਦੀ ਲੋੜ ਹੈ। ਔਰ ਖਾਲਸਾ ਜੀ, ਤੁਸੀਂ ਜਾਂਦੇ ਜਾਂਦੇ ਅਗਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ, ਕਿਉਂਕਿ ਤੁਹਾਨੂੰ ਆਮ ਪਬਲਿਕ ਸੁਣ ਰਹੀ ਹੈ। ਮੈਂ ਤਾਂ ਦੇਖੋ, ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਕਾਂਗਰਸ ਅਕਾਲੀ ਕਰਕੇ ਨਹੀਂ ਮੈਂ ਡਿਬੇਟ ਕਰ ਰਿਹਾ, ਮੈਂ ਇੱਕ ਆਮ ਨਾਗਰਿਕ ਹੋਣ ਕਰਕੇ ਬਿਲਕੁਲ ਮੈਂ ਤਾਂ ਇਹ ਮੰਗ ਕਰਦਾ ਜੀ ਵੀ ਐਲ ਈ ਡੀ ਲਾਈਟਾਂ ਜਦੋਂ ਆਉਗੀਆਂ ਉਦੋਂ ਦੀ ਗੱਲ ਰਹਿ ਗਈ, ਤੇ ਘੱਟੋ ਘੱਟ ਜਿਹੜਾ ਤੁਸੀਂ ਸਮਾਨ ਖਰੀਦ ਕੇ, ਕਮੇਟੀ ਕੋਲ ਮੁਲਾਜ਼ਮ ਵੀ ਹੈਗੇ ਆ ਤੇ 2-4 ਮੁਲਾਜ਼ਮ
देखो 35 धारा ला के जो कोई समान खरीदना यह पबलिक हित दे काम आ। पर तुसी विच एक गल ए भी कह दित्ती है, हो सकता विक्की जी कल तुहाडे तो पुछण, तुसी क्या गलेरिया जी ने 18,000 दियां जिहड़ियां लाइटां आप लाउंगे प्रूफ कर सकदे हो? मेंटेनेंस कराई है जी, मैं लवाइयां दी गल नहीं करदा, मेंटेनेंस कराई है उहनां दा समान। मेरी बेनती सुनो, क्योंकि हुण इन द मोमेंट ऑफ हीट बहुत उच्ची उच्ची बोल रहे सी तां नहीं पता लग्गिया तुसी क्या ठीक कराईआं। मैं ठीक कराईआं जी, मैं खुद कह रहा, मैं खुद आप गवाह आ। जेडे मुलाजम इन्हां दे आउंदे उन्हां नूं पुछो भी इन्हां नूं चोका लैके दिंदे रहे कि नहीं गए, और अखबार की कटिंग लिया के पढ़ा दूंगा भी किस टाइम मैं बेनती की थी कि असी अपनी जिम्मे जेब चो समान खर्च रहे हैं। और कई बार ऐसा होता भी समान इन्हों को होता नहीं गा, जो तो नहीं होता क्योंकि असी लोगों ने सानू चुनिया ते अगला कहना लाइट ठीक कराओ ते असी अपने कोलो भी कराने आ। हाईवे दे रिलेटेड कभी तुहानू किसी ने कहा कि लाइट ठीक करो? मैं अपने आप ही जेड़ा तुसी, मेरी एक बेनती सुनो, बहुत सारे लोगों ने यह मंग की है भी ये लाइटा ठीक होनी चाहिए। मैं तुहानू खुद कह रहा भी एक महीना पहला मैं नगर कौंसल का जेड़ा कंप्लेट वाला रजिस्टर है ओहदे ते रजिस्टर आ, अज तां अज दी गल नहीं कर रहा, तुसी पिछे जाके देख लो भी किन्ना समां ओहदे ते। चलो आपां वीडियो रैप अप करदे, जे हुण विक्की जी तुहाडे नाल कहिंदे मैं वड्डे भरा नाल डिबेट करन तैयार है, तो तुसी रेडी उन्हां नाल डिबेट करन लई? मेरी गल सुनो, विक्की जी उन्हूं कहो डिबेट कादी करनी आ, आ जावे जदों मर्जी मेरे नाल पब्लिकली बह जावे, मेरा छोटा वीर आ, क्योंकि मेरी कोई राजनीतिक लड़ाई नहीं ओहदे नाल, मैं तां सिर्फ लोकां दी गल नूं आपां डिबेट कह दईए, इह लोक इह डिबेट नहीं हैगी, उह आके गल कर लैण। देखो जे उह कह रहे आ ਵੀ ਮੈਂ ਜੀ ਡਿਵੈਲਪਮੈਂਟ ਬਹੁਤ ਕਰਾਈ ਦੀ, ਐਮ ਐਲ ਏ ਸਾਹਿਬ ਮਸੀਹਾ ਆ ਤੇ ਸਰਕਾਰ ਦੀ ਡਿਊਟੀ ਆ, ਇਹਦੇ ਵਿੱਚ ਕੋਈ ਆਸਾਨ, ਜਿਹਦੀ ਸਰਕਾਰ ਆ ਕੰਮ ਤਾਂ ਉਹਨੇ ਕਰਾਉਣਾ ਤੇ ਇਹਦੇ ਵਿੱਚ ਕਾਹਦਾ ਆਸਾਨ ਆ, ਜੇ ਕਰਾਉਣਗੇ ਤਾਂ ਚੰਗੀ ਗੱਲ ਆ। ਚਲੋ ਲਾਸਟ ਕੁਐਸਚਨ, 2022 ਚ ਅਕਾਲੀ ਸੱਤਾ ਵਿੱਚ ਆਉਣਗੇ ਕਿ ਨਹੀਂ? ਦੇਖੋ ਇਹ ਅੱਜ ਦੀ ਜਿਹੜੀ ਡਿਬੇਟ ਆ, ਮੈਂ ਸਿਰਫ ਇਹਨੂੰ ਸ਼ਹਿਰ ਦੇ ਮੁੱਦੇ ਤੇ ਰੱਖਣਾ। ਮੇਰੀ ਗੱਲ ਸੁਣੋ, ਯੈਸ ਕਿ ਨੋ? ਦੇਖੋ ਅਕਾਲੀ ਆਉਣਗੇ, ਬਿਲਕੁਲ ਆਉਣਗੇ, ਕਿਉਂਕਿ ਲੋਕ ਜਿਹੜਾ ਕਾਂਗਰਸ ਤੋਂ ਅੱਕ ਚੁੱਕੇ ਆ, ਅੱਕ ਚੁੱਕੇ ਆ, ਅੱਜ ਲੋਕਾਂ ਦੀ ਆਵਾਜ਼ ਜਾ ਕੇ ਸੁਣੋ, ਉਹਨਾਂ ਦਾ ਦਰਦ ਸੁਣੋ ਵੀ ਲੋਕਾਂ ਦਾ ਹਾਲ ਕੀ ਆ। ਸ਼ਾਇਦ ਤੁਸੀਂ ਘੁੰਮਦੇ ਨੇ, ਲੋਕ ਦੋਨਾਂ ਨੂੰ ਨਿੰਦ ਰਹੇ ਨੇ, ਲੋਕੀ ਕੋਈ ਤੀਜੀ ਧਿਰ ਚਾਹੁੰਦੇ ਨੇ? ਚਲੋ ਉਹ ਤਾਂ ਸਮਾਂ ਦੱਸੂਗਾ ਜੀ, ਕਿਉਂਕਿ ਅੱਜ ਜਿਹੜੀ ਲੜਾਈ ਆ ਉਹ ਅੱਜ ਤਾਂ ਸ਼ਹਿਰ ਦੀ ਗੱਲ ਚੱਲ ਰਹੀ ਆ। ਠੀਕ ਹੈ, ਮੈਂ ਤੁਹਾਡਾ 22 ਦੀ ਇਲੈਕਸ਼ਨ ਆਊਗੀ, 22 ਦੀ ਗੱਲ ਕਰਾਂਗੇ ਜੀ। ਚਲੋ ਠੀਕ ਹੈ ਦਰਸ਼ਕੋ, ਤੁਹਾਨੂੰ ਇਹ ਅੱਜ ਦੀ ਜਿਹੜੀ ਪੇਸ਼ਕਸ਼ ਕਿਵੇਂ ਲੱਗੀ ਆਪਾਂ, ਪਰ ਇੰਨਾ ਹੀ ਕਹਿਣਾ ਚਾਹੁੰਦੇ ਨੇ ਕਿ ਖਾਲਸਾ ਅਕਾਲੀ ਕਾਂਗਰਸ ਅਗਰ ਪਾਸੇ ਰੱਖ ਰਹੀ ਤਾਂ ਖਾਲਸਾ ਜੀ ਦਾ ਕਿਤੇ ਨਾ ਕਿਤੇ ਮੰਤਵ ਸਹੀ ਆ ਕਿ ਕੋਈ ਹਾਦਸਾ ਨਾ ਹੋਵੇ, ਕਿਉਂਕਿ ਮੇਰੇ ਸਰਦੀਆਂ ਵੀ ਆ ਰਹੀਆਂ ਨੇ ਤੇ ਆਪਾਂ ਵੀ ਬੇਨਤੀ ਕਰਨਾ ਚਾਹਾਂਗੇ ਆਪਣੇ ਲੈਵਲ ਤੋਂ, ਕਿਉਂਕਿ MLA ਸਾਹਿਬ ਸਿਟਿੰਗ ਜਿਹੜੇ MLA ਨੇ ਲੈਜਿਸਲੇਚਰ ਨੇ ਉਹ ਜਿਵੇਂ ਬਾਕੀ ਡਿਵੈਲਪਮੈਂਟ ਦੇ ਕੰਮ ਕਰਾਉਂਦੇ ਇਹਨੂੰ ਵੀ ਪਹਿਲ ਦੇ ਆਧਾਰ ਤੇ ਜ਼ਰੂਰ ਕਰਾਉਣ, ਕਿਉਂਕਿ ਜਿਵੇਂ ਖਾਲਸਾ ਜੀ ਨੇ ਪਹਿਲੇ ਹੀ ਕਿਹਾ ਕਿ ਮੇਰੇ ਸਰਦੀਆਂ ਆਉਣੀਆਂ ਕਿਤੇ ਨਾ ਕਿਤੇ ਕੋਈ ਹਾਦਸਾ ਨਾ ਵਾਪਰ ਜੇ, ਇਹ ਡਰ ਹਮੇਸ਼ਾ ਬਣਿਆ ਰਹਿੰਦਾ। ਔਰ ਜਿਵੇਂ ਅਸੀਂ ਤੁਹਾਨੂੰ ਗੱਡੀ ਵਿੱਚ ਚੱਲਦੇ ਚੱਲਦੇ ਲਾਈਟ ਔਨ ਆਫ ਕਰਕੇ ਦਿਖਾਈ ਹੈ, ਗੜਸ਼ੰਕਰ ਰੋਡ ਵਾਲੇ ਪਾਸੇ ਜਦੋਂ ਕਿਸੇ ਨੇ ਰੋਡ ਕ੍ਰੋਸ ਕਰਨਾ ਜੇ ਡਰਾਈਵਰ ਸਪੀਡ ਤੇਜ਼ ਵਿੱਚ ਉਹ ਕਿਵੇਂ ਜੱਜਮੈਂਟ ਕਰੇਗਾ, ਇਸ ਲਈ ਇਹ ਬਹੁਤ ਜ਼ਰੂਰੀ ਆ, ਇਸ ਚੀਜ਼ 'ਤੇ ਜਿਹੜਾ ਆ MLA ਸਾਹਿਬ ਨੂੰ ਸਟੈਪ ਜ਼ਰੂਰ ਲੈਣਾ ਚਾਹੀਦਾ। ਸੋ ਇਹ ਅੱਜ ਦੀ ਪੇਸ਼ਕਸ਼ ਵਿੱਚ ਇੰਨਾ ਹੀ, ਆਪਣੇ ਛੋਟੇ ਵੀਰ ਦਿਨੇਸ਼ ਸੂਰੀ, ਪਰਮ ਖਾਲਸਾ ਜੀ ਨੂੰ, ਕੈਮਰਾਮੈਨ ਵਿਜੇ ਨੂੰ ਔਰ ਸਾਡੇ ਡਰਾਈਵਰ ਸਾਹਿਬ ਨੂੰ ਵੀ ਦਿਓ ਇਜਾਜ਼ਤ, ਆਪਾਂ ਫਿਰ ਬਹੁਤ ਜਲਦੀ ਜੁੜਾਂਗੇ। ਸਤਿ ਸ਼੍ਰੀ ਅਕਾਲ, ਠੀਕ ਹੈ ਜੀ, ਧੰਨਵਾਦ।